ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੱਕ ਬਚਨ ਕਿਹਾ ਜਾਣ ਲੱਗਿਆ ਨੂੰ ਵੀ ਦੇਖੋ ਗੁਰੂ ਦੇ ਦਰਵਾਜ਼ੇ ਸਦਾ ਹੀ ਖੁੱਲੇ ਨੇ, ਮਰਜ਼ੀ ਨਾਲ ਆਵੇ ਕੋਈ ਤੇ ਮਰਜ਼ੀ ਨਾਲ ਜਾਵੇ, ਨਾ ਆਉਂਦਿਆਂ ਨੂੰ ਰੋਕੀਦਾ ਤੇ ਨਾ ਜਾਂਦਿਆਂ ਨੂੰ ਟੋਕੀਦਾ ਹੈ। ਨਾ ਤੁਹਾਡੇ ਆਇਆਂ ਕੋਈ ਸਿੱਖੀ ਬਹੁਤੀ ਪ੍ਰਫੁੱਲਤ ਹੋ ਗਈ ਇਹ ਮੈਂ ਆਖਾਂ, ਤੇ ਚਲੇ ਵੀ ਜਾਓ ਤੇ ਗੁਰੂ ਨੂੰ ਫਰਕ ਕੋਈ ਨਹੀਂ ਪੈਂਦਾ। ਇਹ ਸਾਰੇ ਸਾਡੇ ਭੁਲੇਖੇ ਨੇ ਵੀ ਸ਼ਾਇਦ ਮੈਂ ਗੁਰਦੁਆਰੇ ਨਾ ਆਇਆ ਤੇ ਜਿੰਦਰਾ ਵੱਜ ਚੱਲਿਆ ਆਇਆ, ਇੱਥੇ ਤੇਰੇ ਵਰਗੇ ਕਈ ਚਲੇ ਗਏ ਤੇ ਏਦਾਂ ਹੀ ਤਖਤ ਤੇ ਸ਼ੋਭਾ ਪਾਉਂਦਾ ਹੈ। ਗੁਰੂ ਗ੍ਰੰਥ ਸਾਹਿਬ ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਤ ਹੈ। ਹੈ ਕੋਈ ਮਾਮੂਲੀ ਲੀਡਰ ਥੋੜਾ ਵੀ, ਤੂੰ 5-7 ਵੋਟਾਂ ਘੱਟ ਪਾਈਆਂ ਤੇ ਕੁਰਸੀ ਮੋਦੀ, ਤੇ ਤੂੰ 5-4 ਬੰਦੇ ਵੱਧ ਲੈ ਕੇ ਇਹਦੇ ਕੋਲ ਆ ਗਿਆ ਤੇ ਲੀਡਰ ਬਣ ਗਿਆ, ਤਖਤ ਤੇ ਬਹਿ ਗਿਆ। ਨਹੀਂ ਤੁਸੀਂ ਘੱਟ ਜਾਓ, ਘੱਟ ਆਉਣ ਲੱਗ ਪਓ ਇਹਦੇ ਦਰ ਤੇ ਘਟੇਗਾ ਨਹੀਂ, ਤੁਹਾਡੀ ਗਿਣਤੀ ਵੱਧ ਜਾਵੇ ਵਧੇਗਾ ਨਹੀਂ, ਇਹਦਾ ਤਖਤ ਤੇ ਏਦਾਂ ਹੀ ਹੈ, ਏਦਾਂ ਹੀ ਚਵਰ ਛਤਰ ਦਾ ਇਹਨੇ ਮਾਲਕ ਰਹਿਣਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ। ਇਹਨੂੰ ਫਰਕ ਨਹੀਂ ਪੈਂਦਾ ਕਹਿੰਦੇ, ਪਰ ਇੱਕ ਗੱਲ ਤੁਸੀਂ ਲਿਖਿਆ ਇਹ ਹੈ ਵੀ ਅਸੀਂ ਤੇਰੇ ਸਿੱਖ ਨਹੀਂ, ਮੈਂ ਤੇ ਨਹੀਂ ਨਾ ਕਿਹਾ ਵੀ ਮੈਂ ਤੁਹਾਡਾ ਗੁਰੂ ਨਹੀਂ। ਵੇਖੋ ਮਾਪੇ ਕੋ ਮਾਪੇ ਨਹੀਂ ਹੁੰਦੇ, ਪੁੱਤ ਕਪੁੱਤ ਹੋ ਜਾਂਦੇ ਨੇ। ਮੈਂ ਤੇ ਨਹੀਂ ਨਾ ਕਿਹਾ ਵੀ ਮੈਂ ਤੁਹਾਡਾ ਗੁਰੂ ਨਹੀਂ, ਤੇ ਮੇਰੇ ਦਰਵਾਜ਼ੇ ਸਦਾ ਹੀ ਖੁੱਲੇ ਨੇ, ਜਦੋਂ ਆ ਜਾਓਗੇ ਛਾਤੀ ਨਾਲ ਲਾ ਲਵਾਂਗਾ। ਐਸੀ ਭੀੜ ਦੀ ਘੜੀ ਵਿੱਚ ਲੱਖਾਂ ਵੈਰੀਆਂ ਦਾ ਘੇਰਾ ਹੋਵੇ, ਸੈਂਕੜੇ ਕੋਲ ਸਿੰਘ ਨੇ ਮੌਤ ਸਿਰ ਤੇ ਨੱਚਦੀ ਹੈ, ਤੇ ਗੁਰੂ ਫਿਰ ਵੀ ਮੱਥੇ ਤੇ ਤਿਊੜੀ ਨਾ ਪਾਵੇ ਵੀ ਮੇਰਾ ਸਾਥ ਛੱਡਣ ਲੱਗੇ ਨੇ। ਸਾਡਾ ਕੋਈ ਸੱਜਣ ਮਿੱਤਰ ਔਖੀ ਘੜੀ ਸਾਥ ਛੱਡੇ ਤੇ ਅਸੀਂ 500-700 ਗਾਲ ਕੱਢ ਦਿੰਦੇ ਕਿ ਸਾਏ ਉਹਨੂੰ ਵੀ ਮਤਲਬ ਹੀ ਹੈ, ਕ੍ਰਿਤ ਕਰਨਾ ਬੁਲਾਨਾ ਟਮਕਾਨਾ ਹੈ। ਗੁਰੂ ਦਾ ਬਿਰਦ ਵੇਖੋ ਕਿੱਡਾ ਵਿਸ਼ਾਲ ਹੈ। ਵੇਖੋ ਪਾਪੀਆਂ ਨੂੰ ਪਤਤ ਪਾਵਨ ਮਾਧੋ ਬਿਰਦ ਦੇਦਾ, ਸੁਭਾਅ ਵੇਖੋ ਉਹਦਾ, ਪਾਪੀਆਂ ਨੂੰ ਵੀ ਪਵਿੱਤਰ ਕਰ ਦਿੰਦਾ ਹੈ, ਦਗੇ ਬਾਜਾਂ ਨੂੰ ਵੀ ਛਾਤੀ ਨਾਲ ਲਾਉਣ ਲਈ ਤਿਆਰ ਹੈ, ਧੋਖਾ ਦੇਣ ਵਾਲਿਆਂ ਲਈ ਵੀ ਕਹਿੰਦਾ ਦਰਵਾਜ਼ੇ ਖੁੱਲੇ ਨੇ। ਨਹੀਂ ਤੇ ਆਪਾਂ ਕਹਿ ਦਿੰਦੇ ਬਈ ਔਖੇ ਸਮੇਂ ਪਿੱਠ ਦਿਖਾ ਗਿਆ ਹੈ, ਜਾ ਚਲਿਆ ਜਾ, ਤੇਰੇ ਲਈ ਇਹ ਦਰਵਾਜ਼ੇ ਸਦਾ ਲਈ ਬੰਦ ਨੇ। ਗੁਰੂ ਸਾਹਿਬ ਕਹਿੰਦੇ ਨਹੀਂ, ਮੇਰੇ ਦਰਵਾਜ਼ੇ ਖੁੱਲੇ ਨੇ ਤੁਹਾਡੇ ਲਈ। ਇਹ ਠੀਕ ਹੈ, ਵੱਡੇ ਵੱਡੇ ਭੁੱਖ ਵਿੱਚ ਟੁੱਟ ਜਾਂਦੇ ਨੇ। ਬਾਬੇ ਧੰਨੇ ਨੇ ਵੀ ਕਹਿ ਹੀ ਦਿੱਤਾ ਸੀ, ਭਗਤ ਕੀ ਆਉਂਦੇ ਨੇ, ਭੁੱਖੇ ਭਗਤ ਨਾ ਕੀ ਜੈ, ਜੈ ਮਾਲਾ ਆਪਣੀ ਲੀ ਜੈ। ਉਹ ਕਹਿੰਦਾ ਦਿਹਾੜੀ ਨਹੀਂ ਲੰਘਦੀ, ਰੋਟੀ ਗਾਵੇਗੀ ਢਿੱਡ ਚ ਫਿਰ ਹੀ ਗੁਣ ਗਾਵਾਂਗੇ। ਇਹਨਾਂ ਦੇ 7 ਮਹੀਨੇ ਪੱਤੇ ਖਾ ਕੇ ਮੁੱਠੀ ਪਰ ਛੋਲੇ ਖਾ ਕੇ ਗੁਜ਼ਾਰਾ ਕੀਤਾ, ਕਿਤੇ ਮਾਮੂਲੀ ਲੋਕ ਥੋੜੀ ਸਨ ਨੇ, ਅਸੀਂ ਦਿਹਾੜੀ ਨਹੀਂ ਕੱਢ ਸਕਦੇ। ਐਸੇ ਐਸੇ ਉਹ ਮਹਾਂਪੁਰਸ਼ ਸਨ, ਖੈਰ ਉਹ ਛੱਡ ਗਏ ਨੇ ਸਾਥ। ਥੋੜੇ ਸਮੇਂ ਬਾਅਦ ਔਰੰਗਜ਼ੇਬ ਨੇ ਸੈਯਦਾਂ ਰਾਹੀਂ ਕੁਰਾਨ ਤੇ ਕਸਮ ਲਿਖ ਕੇ ਭੇਜੀ, ਬੜੇ ਬੜੇ ਬ੍ਰਾਹਮਣ ਪੰਡਿਤ ਆਏ, ਗਊ ਦੀਆਂ ਕਸਮਾਂ ਚੁੱਕੀਆਂ, ਅਨੰਦਪੁਰ ਛੱਡ ਦਿਓ। ਔਰੰਗਜ਼ੇਬ ਨੇ ਪਛਤਾਵ ਕੀਤਾ ਵੀ ਤੁਹਾਡੇ ਨਾਲ ਧੋਖਾ ਕੀਤਾ ਮੇਰੇ ਜਰਨੈਲਾਂ ਨੇ, ਕਸਮਾਂ ਖਾ ਕੇ ਫਿਰ ਤੁਹਾਡਾ ਸਮਾਨ ਲੁੱਟਿਆ ਏ, ਇਸ ਵਾਰ ਮੈਂ ਭਾਰਤ ਵਰਸ਼ ਦਾ ਬਾਦਸ਼ਾਹ ਇਹ ਕਸਮ ਚੁੱਕਦਾ ਹਾਂ ਵੀ ਤੁਹਾਡੀ ਵਾਹ ਵੱਲ ਨਹੀਂ ਵੇਖਣਗੇ, ਛੱਡ ਦਿਓ ਅਨੰਦਪੁਰ। ਉਹ ਜਿਹੜੇ ਸਿੰਘ ਨਾਲ ਸਨ ਅੱਜ ਉਹ ਵੀ ਕਹਿ ਬੈਠੇ ਪਾਤਸ਼ਾਹ ਦੇਖੋ ਹੁਣ ਤੇ ਔਰੰਗਜ਼ੇਬ ਨੇ ਕਸਮ ਖਾਧੀ ਹੈ। ਮਹਾਰਾਜ ਕਹਿੰਦੇ 6 ਮਹੀਨੇ ਹੋਰ ਕੱਟ ਲਵੋ। ਇਹ ਫੌਜਾਂ ਜਿਹੜੀਆਂ ਨੇ ਰੋਗੀ ਹੋ ਗਏ ਨੇ ਲੋਕ, ਹੁਣ ਬਹੁਤਾ ਸਮਾਂ ਟਿਕਣਗੇ ਨਹੀਂ, ਰਾਜ ਭਾਗ ਬਖਸ਼ ਦੇਵਾਂਗਾ ਨਾ ਜੀ, ਇਹ ਇੰਨਾ ਸਮਾਂ ਨਹੀਂ ਲੰਘ ਸਕਦਾ, ਮਹੀਨਾ ਕੱਢ ਲਵੋ। ਨਹੀਂ ਜੀ,
ਇੱਕ ਹਫ਼ਤਾ ਕੱਢ ਲਵੋ, ਸਾਨੂੰ ਵੀ ਕਈ ਵਾਰ ਮੰਗਣਾ ਹੀ ਨਹੀਂ ਆਇਆ। ਉਹ ਦੇਣ ਲਈ ਤਿਆਰ ਸੀ, ਦੌਲਤਾਂ ਸ਼ੌਹਰਤਾਂ ਰਾਜ ਭਾਗ ਸਾਡੇ ਵਿੱਚ ਜੇਰਾ ਹੀ ਹੈ ਨਹੀਂ। ਦੀਨ ਦੁਨੀਆਂ ਦੇ ਮਾਲਕ ਕਹਿੰਦੇ ਨਹੀਂ, ਇੱਕ ਦੋ ਦੇਣੀ ਕੱਢ ਲਵੋ, ਨਹੀਂ ਮਹਾਰਾਜ ਹੁਣ ਮੁਸ਼ਕਲ ਹੈ, ਕਿਰਪਾ ਕਰੋ, ਕਿਰਪਾ ਕਰੋ, ਚਲੀਏ ਹੁਣ ਇੱਥੋਂ, ਰਹਿ ਵੀ ਇੱਥੇ ਕੀ ਗਿਆ ਹੈ, ਥੋੜ੍ਹਾ ਜਿਹਾ ਧਿਆਨ ਦਿਓ ਇਸ ਗੱਲ ਵੱਲ, ਚਲੋ ਕਹਿੰਦੇ ਇੱਥੋਂ। ਇੱਕ ਉੱਥੇ ਬਚਨ ਕੀਤਾ ਸੀ ਕਲਗੀਧਰ ਨੇ, ਕਹਿੰਦੇ ਇੱਕ ਹਫ਼ਤਾ ਰੁਕ ਜਾਂਦੇ ਤੇ ਠੀਕ ਸੀ, ਯਾਦ ਰੱਖਿਓ ਇੱਕ ਹਫ਼ਤੇ ਦੇ ਵਿੱਚ ਇੰਨਾ ਕੁ ਨੁਕਸਾਨ ਹੋਵੇਗਾ ਸਿੱਖ ਜਗਤ ਦੇ ਅੰਦਰ ਜਿਹਦੀ ਪੂਰਤੀ ਸਦੀਆਂ ਤੱਕ ਨਹੀਂ ਹੋਵੇਗੀ। ਇਤਿਹਾਸ ਗਵਾਹ ਹੈ, 6 ਪੋਹ ਦੀ ਰਾਤ ਨੂੰ ਆਨੰਦਪੁਰ ਛੱਡਿਆ ਤੇ 13 ਪੋਹ ਦੀ ਰਾਤ ਤੱਕ ਚਾਰੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਤੇ ਸੈਂਕੜੇ ਸਿੰਘ ਕੁਝ ਸਰਸਾ 'ਚ ਰੁੜ ਗਏ, ਕੁਝ ਸ਼ਹਾਦਤ ਦੀਆਂ ਅਵਧੀਆਂ ਮਾਣ ਗਏ, ਉਹ ਭਰਪਾਈ ਅੱਜ ਤੱਕ ਨਹੀਂ ਹੋਈ। ਇੰਨਾ ਪੰਥ ਦਾ ਨੁਕਸਾਨ ਹੋਇਆ ਹੈ, ਅਸੀਂ ਜੇਰਾ ਹੀ ਨਹੀਂ ਕੀਤਾ, ਅੱਜ ਵੀ ਕਿੱਥੇ ਕਰਦੇ ਹਾਂ। ਹੁਣੇ ਅਰਦਾਸ ਕੀਤੀ, ਪਾਤਸ਼ਾਹ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ, ਰਾਤ ਲੰਘੀ ਨਹੀਂ ਤੇ ਸਵੇਰੇ ਕਬਰ ਤੇ ਦੀਵਾ। ਅੱਛਾ, ਇਹਨੇ ਤੇਰੇ ਦੁੱਖਾਂ ਦਾ ਨਾਸ਼ ਕਰ ਦੇਣਾ ਜਿਹੜਾ ਆਪ ਕਬਰ 'ਚ ਬੈਠਾ ਹੀ ਜਾ ਕੇ, ਇਹ ਤੈਨੂੰ ਦੁੱਖਾਂ ਦੀ ਕਬਰ ਤੋਂ ਕੱਢ ਦੇਵੇਗਾ ਜਿਹੜਾ ਆਪ ਜਕੜਿਆ ਹੋਇਆ ਹੈ, ਪੱਥਰਾਂ ਕੇ ਦੀਵੇ ਜਗਾਉਣ ਲੱਗ ਪੈਣਗੇ। ਮੈਂ ਹੈਰਾਨ ਹਾਂ ਇਸ ਗੱਲ ਤੋਂ, ਆ ਜਿਹੜੀਆਂ ਨੀਲੀਆਂ ਪੀਲੀਆਂ ਤੁਹਾਡੇ ਸਿਰਾਂ ਤੇ ਦਸਤਾਰਾਂ ਨੇ, ਆ ਬੀਬੀਆਂ ਦੇ ਮਾਗ ਵਿੱਚ ਜਿਹੜਾ ਸੰਧੂਰ ਹੈ, ਜੇ ਕਲਗੀਧਰ ਪਾਤਸ਼ਾਹ ਆਪਣੇ ਪਿਤਾ ਨਾਲ ਵਾਰਦੇ ਤੇ ਮਾਵਾਂ ਇਹ ਯਾਦ ਰੱਖਣ, ਇੱਕ ਕਲਗੀਧਰ ਪਾਤਸ਼ਾਹ ਨੇ ਆਪ ਯਤੀਮ ਹੋ ਕੇ ਤੁਹਾਡੇ ਲੱਖਾਂ ਬੱਚਿਆਂ ਨੂੰ ਯਤੀਮ ਹੋਣੋਂ ਬਚਾਇਆ, ਉਹਦਾ ਦਰ ਛੱਡ ਕੇ ਟਕੇ ਦਾ ਭੂਤ ਪ੍ਰੇਤ ਨਹੀਂ ਜਿਹਦੇ ਦਰ ਤੇ ਦੀਵੇ ਜਗਾਉਂਦਾ ਫਿਰਦਾ ਹੈ। ਮੈਂ ਹੈਰਾਨ ਹਾਂ, ਚੱਪਣੀ ਚਾਹੀਦੀ ਹੈ ਨੱਕ ਡੋਬਣ ਨੂੰ, ਹੋਰ ਕੀ ਲੱਭਦੇ ਨੇ। ਮਾਂ ਗੁਜਰੀ ਨੇ ਵਿਧਵਾ ਹੋ ਕੇ ਇੱਥੇ ਲੱਖਾਂ ਬੀਬੀਆਂ ਨੂੰ ਰੰਡੀਆਂ ਹੋਣੋਂ ਬਚਾਇਆ ਹੈ। ਇੱਕ ਸੁਹਾਗ ਐਸਾ ਵਾਰਿਆ, ਲੱਖਾਂ ਦੇ ਸੁਹਾਗ ਰੱਖ ਲਏ ਮਾਂ ਨੇ। ਉਹ ਕਲਗੀਧਰ ਪਾਤਸ਼ਾਹ ਨੇ ਆਪਣੇ 4 ਚਿਰਾਗ ਬੁਝਾ ਕੇ ਆ ਤੁਹਾਡੀਆਂ ਗੋਦੀਆਂ ਵਿੱਚ ਅੱਜ ਜੋ ਖੇਡਦੇ ਨੇ, ਚਿਰਾਗ ਬਲਦੇ ਰੱਖੇ ਨੇ, ਉਹਦਾ ਦਰ ਛੱਡ ਕੇ ਭੂਤਾਂ ਪ੍ਰੇਤਾਂ ਦੇ ਦੀਵੇ, ਕਬਰਾਂ ਦੇ ਦੀਵੇ, ਪੱਥਰਾਂ ਦੀ ਪੂਜਾ ਟਲ ਖੜਕਾਉਂਦੇ ਫਿਰਦੇ ਹੋ, ਕਿੱਥੇ ਦੇਣ ਦਊਗੇ ਕਲਗੀਧਰ ਦਾ? ਨਾ ਉਦੋਂ ਕੋਈ ਕਬਰ ਚੋਂ ਹੀ ਉੱਠਿਆ ਤੁਹਾਡੇ ਸਿਰਾਂ ਦੇ ਸੁਹਾਗ ਬਚਾਉਣ ਵਾਲਾ, ਡੁੱਬਦੇ ਜੰਜੂ ਨੂੰ ਬਚਾਉਣ ਵਾਲਾ, ਨਾ ਕੋਈ ਪੱਥਰ ਚੋਂ ਦੇਵਤਾ, 33 ਕਰੋੜ ਮੂਰਤ ਚੋਂ ਕੋਈ ਦੇਵਤਾ ਨਾ ਉੱਠਿਆ, 700 ਸਾਲ ਪੁਰਾਣੇ ਗੁਲਾਮੀ ਦੇ ਸੰਗਲ ਲਾਉਣ ਵਾਲਾ, ਤੇ ਜਿਹਨੇ ਸੰਗਲ ਕੱਟੇ ਨੇ ਉਹਦੀ ਖੰਡੇ ਬਾਟੇ ਦੀ ਪੌਲ ਛੱਡ ਕੇ ਤੇ ਹੋਰ ਕੰਨਾਂ 'ਤੇ ਫੂਕਾਂ ਮਰਾਉਂਦੇ ਫਿਰਦੇ ਨੇ ਲੋਕਾਂ ਦੇ, ਇਹਦਾ ਹਿਸਾਬ ਹੋਣਾ ਹੈ। ਬਹੁਤਿਆਂ ਦਾ ਤੇ ਇੱਥੇ ਹੀ ਕਰ ਦਿੰਦਾ ਤੇ ਬਾਕੀਆਂ ਦਾ ਦਰਗਾਹ ਵਿੱਚ ਕਰ ਲੈਂਦਾ ਹੈ। ਕਿਉਂ ਜੀ? ਕਿਉਂਕਿ ਜਿਹਨਾਂ ਭੂਤਾਂ ਪ੍ਰੇਤਾਂ ਨੂੰ ਮੰਨਦੇ ਰਹੇ, ਇੱਥੇ ਤੇ ਮਾੜੀ ਮੋਟ ਕੋਈ ਇੱਕ ਅੱਧੀ ਕਰਾਮਾਤ ਹੋਵੇਗੀ। ਲੋਕ ਤੇ ਪ੍ਰਲੋਕ ਦਾ ਅਗਰ ਕੋਈ ਵਾਲੀ ਹੈ, ਅਗਰ ਕੋਈ ਦੁਨੀਆਂ ਤੇ ਖੁਦਾ ਹੈ, ਰੱਬ ਹੈ, ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਦੂਜਾ ਰੱਬ ਹੀ ਕੋਈ ਨਹੀਂ ਹੈ, ਉਹੀ ਦੁਨੀਆਂ ਤੇ ਸਰਗੁਣ ਸਰੂਪ ਹੋ ਕੇ ਆਇਆ ਹੈ। ਇਹ ਵੱਡੇ ਲੀਡਰ ਨੂੰ ਛੱਡ ਕੇ ਵੀ ਇਹਦੇ ਪੈਰ ਘੁੱਟੀ ਜਾਂਦੇ ਹੋ, ਕੀ ਪੱਲੇ ਪਵੇਗਾ ਦੱਸੋ? ਜੇ ਉਹਦੇ ਵਰਗੀ ਕੋਈ ਤਾਕਤ ਅੱਗੇ ਦੁਨੀਆਂ ਤੇ ਆਈ ਹੁੰਦੀ ਤੇ ਮੁਗਲਾਂ ਦਾ ਤਖ਼ਤ ਕਿਉਂ ਨਾ ਪੁੱਟ ਕੇ ਚਲੇ ਗਏ? ਤੇ ਉਹਦੀਆਂ ਬਰਕਤਾਂ ਖੰਡੇ ਦੀ ਪੌਲ ਦੀਆਂ, ਜਿਹੜਾ ਮੁਗਲੀਆ ਸਲਤਨਤ ਦਾ ਤਖ਼ਤ ਚੱਕਣਾ ਚੂਰ ਕਰ ਗਿਆ। ਖੈਰ,
ਬੇਦਾਵਾ ਦੇ ਦਿੱਤਾ ਗਿਆ ਹੈ। ਅਸੀਂ ਫਿਰ ਵੀ ਆਖੇ ਨਹੀਂ ਲੱਗੇ, ਆਨੰਦਾਂ ਦੀ ਪੁਰੀ ਛੱਡ ਦਿੱਤੀ ਗਈ ਹੈ। ਬੜਾ ਨੁਕਸਾਨ ਹੋਇਆ। ਕਹਿੰਦੇ ਦੇਖ, ਕਈ ਵਾਰ ਮੂਰਖ ਬੰਦਾ ਤਰਕ ਕਰ ਦਿੰਦਾ, ਲਓ ਜੀ ਜੇ ਗੁਰੂ ਪੂਰਾ ਸੀ ਉਹਨੂੰ ਨਹੀਂ ਸੀ ਪਤਾ ਔਰੰਗਜ਼ੇਬ ਨੇ ਧੋਖਾ ਦੇਣਾ ਹੈ। ਤੇ ਮੈਂ ਉਹਨੂੰ ਪੁੱਛਾਂ ਵੀ ਤੂੰ ਗੁਰੂ ਕਿਸ ਨੂੰ ਮੰਨਦਾ? ਅਖੇਰੀ ਸ਼ਬਦ ਗੁਰੂ ਨੂੰ ਮੰਨਦੇ ਮੁੰਦੇ ਨਹੀਂ ਜੇ, ਸਿਰਫ ਦਸਮ ਬਾਣੀ ਨੂੰ, ਇਤਿਹਾਸ ਨੂੰ ਖੰਡਿਤ ਕਰਨ ਲਈ ਕਹਿ ਦਿੰਦੇ ਨੇ ਅਸੀਂ ਤੇ ਸ਼ਬਦ ਗੁਰੂ ਨੂੰ ਮੰਨਦੇ। ਸ਼ਬਦ ਗੁਰੂ ਕਹਿੰਦਾ ਵੀ ਇਤਿਹਾਸ ਤੇ ਦਸਮ ਨੂੰ ਨਾ ਮੰਨੋ। ਤੇ ਮੈਂ ਕਿਹਾ ਉਹ ਸ਼ਬਦ ਗੁਰੂ ਚ ਤੇ ਲਿਖਿਆ ਹੈ ਬਿਨ ਬੋਲਿਆ ਸਭ ਕੁਛ ਜਾਣਦਾ, ਤੇ ਔਰੰਗੇ ਦੀ ਔਕਾਤ ਨੂੰ ਨਾ ਸਮਝਦਾ ਹੋਵੇਗਾ, ਔਰੰਗਜ਼ੇਬ ਦੇ ਅੰਦਰ ਨੂੰ ਨਾ ਸਮਝਦਾ ਹੋਵੇਗਾ। ਅਗਰ ਸ਼ਬਦ ਗੁਰੂ ਨੂੰ ਮੰਨਦੇ ਹੋ ਤੇ ਗੁਰੂ ਗੋਬਿੰਦ ਸਿੰਘ ਦੀ ਤਾਕਤ ਤੇ ਭਰੋਸਾ ਕਿਉਂ ਨਹੀਂ ਹੈ ਤੁਹਾਨੂੰ? ਕਲਗੀਧਰ ਕਹਿੰਦੇ ਗੱਲ ਸੁਣ ਔਰੰਗਜ਼ੇਬ, ਲੋਕਾਂ ਨੂੰ ਧਰਮੀ ਲੱਗਦਾ ਹੈ ਤੂੰ, ਉਹ ਲੂੰਬੜ ਹੈ ਲੂੰਬੜ, ਤੂੰ ਮਰਦ ਨਹੀਂ ਹੈ। ਤੇਰੀ ਜ਼ੁਬਾਨ ਤੇ ਕਸਮ ਹੈ, ਢਿੱਡ ਵਿੱਚ ਤੇਰੇ ਕਪਟ ਹੈ। ਤੇਰੀ ਜ਼ੁਬਾਨ ਤੇ ਗੱਲਾਂ ਐਸੀਆਂ ਨੇ ਵੀ ਤੈਨੂੰ ਕੁਰਾਨ ਤੇ ਅਕੀਦਾ ਬੜਾ ਹੈ, ਪਰ ਤੂੰ ਛਲਣ ਲਈ ਠੱਗਣ ਦੇ ਲਈ ਸਾਨੂੰ ਕਸਮ ਚੁੱਕ ਰਿਹਾ ਏ। ਮੇਰੇ ਇਹ ਪਿਆਰੇ ਲਾਲ, ਇਹ ਮੇਰੇ ਸਿੱਖ ਮੈਨੂੰ ਬੇਨਤੀਆਂ ਕਰ ਰਹੇ ਨੇ, ਇਸ ਕਰਕੇ ਮੈਂ ਕਬੂਲ ਕਰਨ ਲੱਗਾ ਨੇ, ਤੇ ਮੈਂ ਜਾਣਦਾ ਇਹ ਕਸਮ ਤੇਰੀ ਚੁੱਕ ਕੇ ਸਾਨੂੰ ਨੁਕਸਾਨ ਬੜਾ ਹੋਵੇਗਾ। ਉਹ ਜਾਣਦਾ ਏ ਅੰਦਰ ਦੀ ਕਰਤੂਤ। ਸ਼ਹਿਨ ਸ਼ਾਹੇ ਔਰੰਗਜ਼ੇਬ ਆਲਮੀ, ਜ਼ਫਰਨਾਮੇ ਚ ਲਿਖਦੇ ਨੇ, ਸ਼ਹਿਨ ਸ਼ਾਹੇ ਔਰੰਗਜ਼ੇਬ ਆਲਮੀ ਕੇ ਦਾਰਾਏ ਦੌਰਸਤ ਦੂਰਸਤ ਦੀ। ਵੇਖਣ ਨੂੰ ਲਿਬਾਸ ਤੇਰਾ ਧਾਰਮਿਕ ਹੈ, ਤੂੰ ਕੋਹਾਂ ਦੂਰ ਹੈ ਧਰਮ ਤੋਂ ਦੀਨ ਤੋਂ, ਤੂੰ ਛਲੀਆ ਬੰਦਾ ਹੈ, ਕਪਟੀ ਬੰਦਾ ਹੈ। ਉਹ ਜਾਣਦਾ ਹੈ ਚੰਗੀ ਤਰ੍ਹਾਂ, ਉਹ ਸਾਰੀ ਗੱਲ ਜਾਣਦਾ ਹੈ। ਪਰ ਖੈਰ, ਹੁਣ ਜਦੋਂ ਬੱਚਾ ਜਿੱਦ ਕਰੇ ਤੇ ਮਾਪੇ ਮੰਨ ਹੀ ਲੈਂਦੇ ਨੇ, ਕਹਿੰਦੇ ਤੇਰੇ ਢਿੱਡ 'ਚ ਕੁਝ ਹੋਰ ਹੈ, ਤੇਰੀ ਜ਼ੁਬਾਨ ਤੇ ਕੁਝ ਹੋਰ ਹੈ। ਖੈਰ, ਆਨੰਦਾਂ ਦੀ ਪੁਰੀ ਛੱਡੀ, ਨੁਕਸਾਨ ਨੂੰ ਤੁਸੀਂ ਜਾਣਦੇ ਹੋ ਕਿਤਨਾ ਹੋਇਆ ਹੈ। ਸਰਸਾ ਤੇ ਸਭ ਕੁਝ ਰੁੜ ਗਿਆ, ਚਮਕੌਰ ਦੀ ਗੜੀ ਵਿੱਚ ਦੋ ਲਾਲ ਸ਼ਹੀਦ ਹੋ ਗਏ, ਦੋ ਲਾਲ ਸਰਹੰਦ ਦੀਆਂ ਨੀਹਾਂ ਵਿੱਚ ਛਾਲਾਂ ਮਾਰ ਕੇ ਖਲੋ ਗਏ, ਚਿਣੇ ਗਏ। ਮਾਂ ਗੁਜਰੀ ਸ਼ਹੀਦ ਹੋਈ, ਜਾਨ ਨਾਲੋਂ ਪਿਆਰੇ ਸਿੰਘ ਕੁਝ ਸਰਸਾ 'ਚ ਰੁੜ ਗਏ, ਕੁਝ ਜੰਗ ਵਿੱਚ ਸ਼ਹੀਦ ਹੋ ਗਏ। ਇੱਥੇ ਇੱਕ ਪੱਖ ਕਲਗੀਧਰ ਪਾਤਸ਼ਾਹ ਦਾ ਚੱਲਦਾ ਹੈ ਤੇ ਤਕਰੀਬਨ ਸਾਲ ਕੁ ਦਾ ਸਮਾਂ ਲੰਘ ਗਿਆ ਹੈ। ਉਹ ਜਿਹੜੇ ਬੇਦਾਵਾ ਲਿਖ ਕੇ ਗਏ ਨਾ, ਉਹ 40 ਨਹੀਂ ਸਨ, 40 ਵਾਪਸ ਆਏ ਸਨ, ਮੁਕਤ 40 ਹੋਏ ਨੇ। ਸੈਂਕੜੇ ਸਨ ਨੰਦਾਂ ਦੀ ਪੁਰੀ 'ਚੋਂ ਬੇਦਾਵਾ ਦੇ ਕੇ ਜਾਣ ਵਾਲੇ, ਮੁੜੇ 40 ਸਨ ਜਿਹੜੇ ਮੁਕਤ ਹੋ ਗਏ, ਤੇ ਜਿਹੜੇ ਨਹੀਂ ਮੁੜੇ ਉਹ ਬੇਦਾਵੀ ਹੀ। ਗੁਰੂ ਪਾਤਸ਼ਾਹ ਦੇ ਦਰ ਤੋਂ ਜਿਹੜੇ ਦੌੜ ਗਏ ਸਨ ਨਾ, ਉਹ ਝਬਾਲ ਨਗਰ ਇੱਕ ਕਿਸੇ ਗੁਰਮੁਖ ਪਿਆਰੇ ਸਿੰਘ ਦੀ ਦੇਵਨੇਤ ਅਨੁਸਾਰ ਮੌਤ ਹੋਈ ਸੀ, ਤੇ ਉੱਥੇ ਸਾਰੇ ਇਕੱਠੇ ਹੋਏ। ਸਾਲ ਕੁ ਦਾ ਸਮਾਂ ਲੰਘ ਗਿਆ ਹੈ, ਪਰ ਇਹ ਸਾਲ ਦਾ ਸਮਾਂ ਸੌਖਾ ਨਹੀਂ ਲੰਘਿਆ। ਬੜੇ ਤਾਨੇ ਮਿਹਣੇ ਲੋਕਾਂ ਨੇ ਦਿੱਤੇ ਸਨ ਵੀ ਜਦੋਂ ਰੱਜਣ ਪੁੱਜਣ ਦਾ ਸਮਾਂ ਸੀ, ਗੁਰੂ ਗੋਬਿੰਦ ਸਿੰਘ ਦਾ ਦਰ ਨਹੀਂ ਛੱਡਿਆ, ਤੇ ਜਦੋਂ ਦੁੱਖਾਂ ਦੀ ਘੜੀ ਆਈ ਉਹਦੇ ਉੱਤੇ ਖਾਲਸੇ ਪੰਥ ਤੇ ਸਮਾਂ ਐਸਾ ਆਇਆ ਤੇ ਦਾਲ ਖਾਣੇ ਭੱਜ ਆਏ ਨੇ, ਉਹ ਲਾਂਤਾਂ ਤੇ ਪਾ ਰਹੇ ਨੇ ਲੋਕ। ਉੱਥੇ ਇਕੱਠ ਹੋਇਆ ਹੈ, ਸਿੰਘ ਕੋਈ ਚਲਾਣਾ ਕਰ ਗਿਆ ਸੀ। ਉੱਥੇ ਗੱਲ ਚੱਲ ਪਈ ਵੀ ਇਹ ਉਹ ਲੋਕ ਨੇ ਜਿਹਨਾਂ ਬਿਦਾਵਾ ਦਿੱਤਾ, ਕੁਸਰ ਕੁਸਰ ਚੱਲ ਪਈ, ਇਹ ਉਹ ਲੋਕ ਨੇ ਜਿਹਨਾਂ ਨੇ ਗੁਰੂ ਦਾ ਸਾਥ ਛੱਡ ਦਿੱਤਾ ਹੈ।
ਭੁੱਖ ਕਰਕੇ ਜਿਹੜੇ ਡੋਲ ਗਏ ਸਨ, ਆਪਣੇ ਸਿਰ ਦੇ ਖਸਮ ਨੂੰ ਛੱਡ ਬੈਠੇ ਨੇ। ਮਾਤਮ ਦਾ ਸਮਾਂ ਸੀ, ਗੱਲਾਂ ਚੱਲਦਿਆਂ ਚੱਲਦਿਆਂ ਕਿਸੇ ਨੇ ਗੱਲ ਤੋਰ ਲਈ ਵੀ ਤੁਹਾਨੂੰ ਪਤਾ ਹੈ ਵੀ ਪਿੱਛੇ ਕੀ ਬਣਿਆ ਹੈ ਗੁਰੂ ਕੇ ਪਰਿਵਾਰ ਦਾ। ਕੁਝ ਕਹਿੰਦੇ ਜੀ ਸਾਨੂੰ ਤੇ ਪਤਾ ਨਹੀਂ, ਤੇ ਜਿਨ੍ਹਾਂ ਨੂੰ ਖਬਰ ਸੀ ਉਹ ਆਖਣ ਲੱਗੇ ਉਹ ਭਾਈ ਭਾਗ ਸਿੰਘ ਚੌਧਰੀ ਗੱਲ ਸੁਣ, ਭਾਈ ਮਾਨ ਸਿੰਘ ਤੇ ਟੁੱਟੀ ਗੰਢਣ ਵਾਲਾ ਸੀ, ਪਰ ਜਿਹੜਾ ਭਾਗ ਸਿੰਘ ਝਬਾਲੀਆ ਚੌਧਰੀ ਸੀ ਨਾ, ਉਹ ਆਗੂ ਸੀ ਇਹ ਜਥੇ ਦਾ, ਉਹਨੇ ਹੀ ਤਰੇੜ ਪਾਈ ਸੀ। ਉਹ ਕਹਿੰਦਾ ਸੀ ਵੀ ਤੂੰ ਸਾਡਾ ਗੁਰੂ ਨਹੀਂ ਹੈ, ਉਹ ਕਹਿੰਦਾ ਸੀ ਵੀ ਮੁਗਲਾਂ ਨਾਲ ਯਾਰੀ ਯੂਰੀ ਪਾ ਕੇ ਰਿਹਾ ਕਰੀਏ, ਕੀ ਕਰਨਾ ਹੈ ਮੱਥਾ ਤੁਹਾਨੂੰ, ਉਹ ਵੀ ਟੇਕਦੇ ਨੇ ਹਿੰਦੂ ਵੀ ਟੇਕਦੇ ਨੇ, ਤੁਸੀਂ ਕੀ ਲੈਣਾ ਹਿੰਦੂਆਂ ਦੀ ਗੁਲਾਮੀ ਦੇ ਸੰਗਲ ਲਾ ਕੇ। ਤੇ ਗੁਰੂ ਪਾਤਸ਼ਾਹ ਨੇ ਸਮਝਾਇਆ ਸੀ ਵੀ ਇਹ ਸੰਗਲ ਸਿੱਖਾਂ ਦੇ ਗਲਾਂ ਵਿੱਚ ਵੀ ਸਦੀਵੀ ਰਹਿ ਜਾਣੇ ਨੇ, ਕਿਉਂਕਿ ਉਹ ਇਕੱਲਾ ਹਿੰਦੂਆਂ ਨੂੰ ਥੋੜ੍ਹੀ, ਔਰੰਗਜ਼ੇਬ ਐਸਾ ਬੇਕਾਬੂ ਦਰਿਆ ਸੀ ਸਭ ਨੂੰ ਰੋੜ ਕੇ ਲੈ ਜਾਂਦਾ, ਜੇ ਕਲਗੀਧਰ ਨੇ ਬੰਨ ਨਾ ਲਾਇਆ ਦਾਸ ਦੁਸ਼ਟ ਨੂੰ ਤੇ ਹੈ। ਉੱਥੇ ਗੱਲ ਚੱਲ ਪਈ ਹੈ, ਉੱਥੇ ਵੈਰਾਗ ਦੀ ਘੜੀ ਵਿੱਚ ਇਹ ਗੱਲ ਚੱਲ ਪਈ ਵੀ ਤੁਹਾਨੂੰ ਪਤਾ ਨਹੀਂ ਗੁਰੂ ਕੇ ਲਾਲ ਕਿਵੇਂ ਸ਼ਹੀਦ ਹੋਏ। ਭਾਵਨਾ ਵਾਲੇ ਸਾਰੋ ਸਾਰ ਰੋ ਪਏ, ਅੱਖਾਂ ਚੋਂ ਹੰਝੂ ਵਹਿ ਰਹੇ ਨੇ, ਨਿੱਕੀਆਂ ਜਿੰਦਾਂ ਦੇ ਛਾਕੇ ਸੁਣ ਕੇ ਵੈਰਾਗ ਆ ਰਿਹਾ ਹੈ। ਪਰਿਵਾਰ ਦਾ ਕੋਈ ਜੀ ਨਹੀਂ ਕਲਗੀਧਰ ਪਾਤਸ਼ਾਹ ਦੇ ਰਿਹਾ। ਪੰਥ ਇਉਂ ਮਹਿਸੂਸ ਹੋਇਆ ਜਿਵੇਂ ਉੱਜੜ ਗਿਆ ਹੋਵੇ। ਥੇ ਚਾਰ ਹੋ ਅਬ ਦੋ ਸਹਿਰ ਯਹ ਵੀ ਨਾ ਹੋਗੇ, ਹਮ ਸਬਰ ਕਰੇਂਗੇ ਅਗਰ ਯਹ ਵੀ ਨਾ ਹੋਗੇ ਹੋ ਚਾਰ। ਕਹਿੰਦੇ ਵੇਖੋ ਕੀ ਹੈ, ਥੇ ਚਾਰ ਹੋ ਅਬ ਦੋ, ਸਾਨੂੰ ਲੱਗਦਾ ਹੈ ਗੁਰੂ ਟੁੱਟ ਗਿਆ ਹੋਵੇਗਾ, ਪਰ ਗੁਰੂ ਦੀਆਂ ਕੌਣ ਜਾਣੇ, ਜਦੋਂ ਚਾਰ ਸਨ ਆਨੰਦ ਵਿੱਚ ਹੈ, ਜਦੋਂ ਦੋ ਵਿਛੜ ਗਏ ਮੱਥੇ ਤੇ ਤਿਉੜੀ ਨਹੀਂ ਹੈ। ਤੇ ਕਹਿੰਦੇ ਜੇ ਤੁਸੀਂ ਦੋ ਵੀ ਨਾ ਰਹੇ ਨਾ, ਭਾਈ ਅਜੀਤ ਸਿੰਘ ਆਖਣ ਲੱਗੇ ਬਾਬਾ ਅਜੀਤ ਸਿੰਘ ਜੀ ਜੇ ਤੁਸੀਂ ਨਾ ਰਹੇ ਕੱਲ ਨੂੰ, ਬਾਬਾ ਜੁਝਾਰ ਸਿੰਘ ਜੀ ਤੁਸੀਂ ਨਾ ਰਹੇ ਕੱਲ ਨੂੰ, ਫਿਰ ਵੀ ਮੈਂ ਸਬਰ ਹੀ ਕਰਾਂਗਾ, ਮੱਥੇ ਤਿਉੜੀ ਨਹੀਂ ਪਾਉਣੀ ਮੈਂ, ਫਿਰ ਵੀ ਮੈਂ ਇਹੀ ਆਖਾਂਗਾ, ਹੇ ਗੁਰੂ ਨਾਨਕ ਨਿਰੰਕਾਰੀ, ਹੇ ਅਕਾਲ ਪੁਰਖ, ਹੇ ਦੀਨ ਦੁਨੀਆ ਦੇ ਮਾਲਕ, ਤੇਰਾ ਤੁਝਕੋ ਸੌਂਪ ਦੇ ਕਿਆ ਲਾਗੈ, ਮੇਰਾ ਤੂੰ ਦਿੱਤੇ ਨੇ ਤੂੰ ਲੈ ਗਿਆ, ਗਮੀ ਕਾਹਦੀ ਹੈ। ਗੁਰੂ ਤੇ ਇਦਾਂ ਦਾ ਹੈ, ਸਾਨੂੰ ਲੱਗਦਾ ਸ਼ਾਇਦ ਟੁੱਟ ਗਿਆ ਹੋਵੇਗਾ। ਖੈਰ ਉੱਥੇ ਗੱਲਾਂ ਚੱਲ ਪਈਆਂ, ਤੁਸੀਂ ਧਿਆਨ ਦਿਓ ਕਲਗੀਧਰ ਦੇ ਰੁਤਬੇ ਵੱਲ, ਮੈਂ ਹੈਰਾਨ ਰਹਿ ਜਾਂਦਾ, ਮੈਂ ਇਦਾਂ ਦਾ ਬਾਪੂ ਕੁੱਲ ਕਾਇਨਾਤ ਦੇ ਵਿੱਚ ਨਾ ਕਦੇ ਸੁਣਿਆ ਹੈ ਨਾ ਕਦੇ ਪੜ੍ਹਿਆ ਹੈ, ਵੇਖਣ ਦੀ ਤੇ ਬੜੀ ਦੂਰ ਦੀ ਗੱਲ ਹੈ। ਅੱਛਾ ਤੁਹਾਡੀ ਕੀ ਸੋਚ ਹੈ, ਬੱਚਾ ਨੌਕਰੀ ਤੇ ਲੱਗੇ, ਚੰਗੀ ਉੱਚੀ ਨੌਕਰੀ ਤੇ, ਚੰਗੇ ਘਰ ਵਿਆਹ ਹੋਵੇ, ਅੰਸ ਵਧੇ, ਵਫਾ ਕਰੇ, ਹੁਕਮ ਵਿੱਚ ਚੱਲੇ, ਹੁਕਮ ਅਦੂਲੀ ਨਾ ਕਰੇ, ਨਾਮ ਰੌਸ਼ਨ ਕਰੇ। ਕਲਗੀਧਰ ਦੀ ਮੰਗ ਇਹ ਨਹੀਂ ਹੈ, ਪਤਾ ਕੀ ਕਹਿੰਦੇ, ਵਾਹਿਗੁਰੂ ਵਾਹਿਗੁਰੂ ਅਬ ਜੰਗ ਕੀ ਹਿੰਮਤ ਤੁਮੇ ਬਖਸ਼ੇ, ਪਿਆਸੇ ਹੋ ਬਹੁਤ ਜਾਮੇ ਸ਼ਹਾਦਤ ਤੁਮੇ ਬਖਸ਼ੇ। ਹੋਇਆ ਇੱਦਾਂ ਦਾ ਬਾਪੂ ਤੇ ਲੱਭ ਲਿਓ ਕੋਈ, ਐਵੇਂ ਨਹੀਂ ਕਹਿੰਦੇ ਵੀ ਉਹ ਖੁਦ ਖੁਦਾ ਸੀ। ਗੁਰੂ ਗੋਬਿੰਦ ਸਿੰਘ ਕਹਿੰਦੇ ਤੈਨੂੰ ਕਾਹਲੀ ਬੜੀ ਹੈ ਜੰਗ ਲੜਨ ਦੀ, ਅਜੀਤ ਸਿੰਘਾ ਜੁਝਾਰ ਸਿੰਘਾ ਤੈਨੂੰ ਕਾਹਲੀ ਬੜੀ ਹੈ ਜੰਗ ਲੜਨ ਦੀ, ਤੈਨੂੰ ਪਿਆਸ ਹੈ ਸ਼ਹਾਦਤ ਦੀ, ਤੇ ਜਾ ਤੈਨੂੰ ਸ਼ਹਾਦਤ ਦਾ ਜਾਮ ਗੁਰੂ ਨਾਨਕ ਬਖਸ਼ੇ, ਜਦੋਂ ਸ਼ਹੀਦ ਹੋਵੇ
ਉਹਨੇ ਆਨੰਦ ਵਿੱਚ ਉਨੀ ਖੁਸ਼ੀ ਵਿੱਚ ਹੀ ਤੁਹਾਡਾ ਬਾਪੂ ਜਕਾਰੇ ਛੱਡੇਗਾ ਜਿੱਦਾਂ ਜਕਾਰੇ ਤੁਹਾਡੇ ਜਨਮ ਵਾਲੇ ਦਿਨ ਮੈਂ ਛੱਡੇ ਸੀ। ਜੇ ਹੋਇਆ ਇੱਦਾਂ ਦਾ ਬਾਪੂ ਤੇ ਲੱਭ ਲਿਓ ਕੋਈ। 125,000 ਪੈਗੰਬਰ ਹੋਏ ਨੇ, 33 ਕਰੋੜ ਦੇਵਤੇ ਹੋਏ ਨੇ, ਰੱਬ ਦਾ ਵਾਸਤਾ ਜੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਧੂੜੀ ਦੇ ਬਰਾਬਰ ਵੀ ਨਹੀਂ ਕੋਈ ਹੋਇਆ ਅੱਜ ਤੱਕ, ਅਸੀਂ ਉਹਨੂੰ ਛੱਡ ਕੇ ਤੁਰੇ ਕਿੱਥੇ ਫਿਰਦੇ ਹਾਂ। ਕਦੇ ਇਤਿਹਾਸ ਦਾ ਕੰਪੈਰੀਜ਼ਨ ਤੇ ਕਰਿਆ ਕਰੋ, ਜੇ ਹੋਇਆ ਹੋਵੇ ਕੋਈ ਤੇ ਕੋਈ ਨਹੀਂ ਹੋਇਆ ਹੈ। ਆਪਣੇ ਲਾਲ ਵਾਰ ਕੇ ਗਹਿਰਾਂ ਦੇ ਘਰਾਂ ਦੇ ਦੀਵੇ ਜਗਾ ਕੇ ਆਇਓ, ਦੀਨ ਦੁਨੀਆਂ ਦੇ ਮਾਲਕ ਦੇ 4 ਲਾਲ ਸ਼ਹੀਦ ਹੋ ਗਏ। ਹੈਰਾਨੀ ਇਸ ਗੱਲ ਦੀ ਹੈ, ਮੁਸਲਮਾਨ ਮਹਾਨ ਵਿਦਵਾਨ ਅੱਲਾ ਯਾਰ ਖਾਂ ਲਿਖਦਾ, ਕਹਿੰਦਾ ਸਾਡੇ ਧਰਮ ਵਿੱਚ ਯੂਸਫ ਯੂਕਬ ਵਰਗੇ ਬੜੇ ਮਹਾਨ ਪੈਗੰਬਰ ਹੋਏ ਨੇ, ਪਰ ਕਹਿੰਦਾ ਇੱਕ ਗੱਲ ਤੈਅ ਹੈ, ਜਦੋਂ ਪਿਆਰਾ ਕੋਈ ਵਿਛੜਦਾ ਹੈ ਤੇ ਅੱਖ ਜ਼ਰੂਰ ਰੋਂਦੀ ਹੈ। ਤੁਸੀਂ ਵੇਖ ਲਓ, ਕਿਸੇ ਦਾ ਬੱਚਾ ਵਿਛੜ ਜਾਵੇ, ਬੱਚੀ ਵਿਛੜ ਜਾਵੇ, ਕਿਸੇ ਦਾ ਬਾਪ ਚਲਿਆ ਜਾਵੇ, ਮਾਂ ਚਲੀ ਜਾਵੇ, ਦੇਵ ਨੇ ਤਾਂ ਬਲਵਾਨ ਹੈ, ਕਾਲ ਕਿਸੇ ਨੂੰ ਵੀ ਢਾ ਲਵੇ, ਜਦੋਂ ਕੋਈ ਸੰਗੀ ਸਾਥੀ ਸਾਥ ਛੱਡੇ ਤੇ ਬੰਦਾ ਟੁੱਟ ਜਾਂਦਾ ਹੈ। ਔਰ ਬੰਦੇ ਦੀ ਛੱਡੋ, ਬੜੇ ਬੜੇ ਰਹਿਬਰ ਪੈਗੰਬਰ ਸੰਤ ਮਹਾਂਪੁਰਸ਼ ਟੁੱਟ ਜਾਂਦੇ ਨੇ। ਪਰ ਉਹ ਹੈਰਾਨ ਹੈ, ਕਹਿੰਦਾ ਯੂਕਬ ਕੋ ਯੂਸਫ ਕੇ ਵਿਛੜਨੇ ਨੇ ਰੁਲਾਇਆ, ਯੂਕਬ ਕੋ ਯਾਕੂਬ ਕੋ ਯੂਕਬ ਕੋ ਯੂਸਫ ਕੇ ਵਿਛੜਨੇ ਨੇ ਰੁਲਾਇਆ, ਸਾਬਰ ਕੋਈ ਕਮ ਐਸਾ ਰਸੂਲੋਂ ਮੇਂ ਆਇਆ, ਸਾਬਰ ਕੋਈ ਕਮ ਐਸਾ ਰਸੂਲੋਂ ਮੇਂ ਆਇਆ, ਕਟਵਾ ਕੇ ਪਿਸਰ ਚਾਰ ਇੱਕ ਆਂਸੂ ਨਾ ਬਹਾਇਆ, ਰੁਤਬਾ ਗੁਰੂ ਗੋਬਿੰਦ ਨੇ ਰਿਸ਼ੀਓਂ ਕਾ ਬੜਾਇਆ। ਕਹਿੰਦੇ ਏਡਾ ਰਿਸ਼ੀ ਏਡਾ ਸੰਤ ਕੌਣ ਹੋਇਆ ਹੈ? ਰਿਸ਼ੀਆਂ ਦੇ ਸੰਤਾਂ ਦੇ ਗੁਰੂ ਪੀਰਾਂ ਰਹਿਬਰਾਂ ਪੈਗੰਬਰਾਂ ਦੀ ਤਾਕਤ ਦੀ ਹੱਦ ਹੈ ਗੁਰੂ ਗੋਬਿੰਦ ਸਿੰਘ, ਇਹਦੋਂ ਵੱਡੀ ਤਾਕਤ ਕੋਈ ਹੋਈ ਨਹੀਂ ਹੈ ਦੁਨੀਆਂ ਤੇ। ਯਾਕੂਬ ਰੋਇਆ ਯੂਸਫ ਦੇ ਵਿਛੜਨ ਦੇ ਨਾਲ ਰੋਇਆ ਹੈ। ਇਹ ਹੈ ਘਰਾਂ ਦੇ ਵਿੱਚ, ਬੱਚਾ ਜਾਵੇ ਤੇ ਬੈਰਾਗ ਹੁੰਦਾ ਹੈ, ਕੋਈ ਮਿੱਤਰ ਸੱਜਣ ਪਿਆਰਾ ਜਾਵੇ ਤੇ ਬੰਦੇ ਦੀਆਂ ਅੱਖਾਂ ਰੋਂਦੀਆਂ ਨੇ, ਜੇ ਲਖਤੇ ਜਿਗਰ ਆਂਦਰਾਂ ਨਾਲ ਪੈਦਾ ਕੀਤਾ ਲਾਲ ਜਾਵੇ ਤੇ ਬੰਦਾ ਟੁੱਟ ਜਾਂਦਾ ਹੈ, ਪਰ ਤੇਰੇ 4 ਲਾਲ ਗਏ ਨੇ ਤੇ ਤੇਰੀ ਅੱਖ ਚੋਂ ਮੋਤੀ ਨਾ ਡਿੱਗੇ, ਤੈਨੂੰ ਰੱਬ ਨਾ ਆਖੀਏ ਤੇ ਦੱਸ ਤੈਨੂੰ ਕੀ ਆਖੀਏ? ਰੱਬ ਕੋਲ ਹੀ ਰੁਤਬਾ ਹੈ, ਇਹਨਾਂ ਨਾਲ ਖੁਸ਼ੀ ਨਾ ਗਮੀ ਕੋਈ ਅਸਰ ਨਹੀਂ ਉਹਦੇ ਤੇ। ਜਿੱਦਾਂ ਦੀ ਚਿਹਰੇ ਤੇ ਮੁਸਕੁਰਾਹਟ ਆਨੰਦਾਂ ਦੀ ਪੁਰੀ ਵਿੱਚ ਮਖਮਲੀ ਸੇਜਾਂ ਤੇ ਹੈ, ਉਦਾਂ ਦੀ ਚਿਹਰੇ ਤੇ ਮੁਸਕੁਰਾਹਟ ਮਾਛੀ ਵਾੜੇ ਦੇ ਕੰਡਿਆਂ ਤੇ ਹੈ, ਤੈਨੂੰ ਰੱਬ ਨਾ ਆਖੀਏ ਤੇ ਕੀ ਆਖੀਏ? ਹੱਥ ਜੋੜ ਕੇ ਸਟੇਜ ਤੋਂ ਲਾ ਲਿਆ ਕਰੋ, ਜਿਹੜਾ ਆਖੇ ਨਾ ਵੀ ਗੁਰੂ ਗੋਬਿੰਦ ਸਿੰਘ ਸਾਡੇ ਵਰਗਾ ਹੀ ਹੋਇਆ ਹੈ, ਉਹਨੂੰ ਹੱਥ ਜੋੜਿਆ ਕਰੋ ਵੀ ਜਾ ਮੰਦਰ ਮੁੰਦਰ 'ਚ ਜਾ ਕੇ ਟਲ ਖੜਕਾ, ਗੁਰੂ ਦੀ ਗੋਦ ਹੈ ਇੱਥੇ ਬਹਿਣਾ ਹੈ ਤੇ ਖੁਦ ਖੁਦਾ ਕਲਗੀ ਧਰ ਦੀ ਵਡਿਆਈ ਕਰਨੀ ਪਵੇਗੀ, ਇੱਥੇ ਬਹਿਣਾ ਹੈ ਤੇ ਗੁਰੂ ਦੇ ਗੁਣ ਗਾਉਣੇ ਨੇ, ਨਾ ਕਿ ਗੁਰੂ ਦੀ ਤਾਕਤ ਤੇ ਤਰਕ ਕਰਨ ਲਈ ਤੈਨੂੰ ਸੱਦਿਆ ਹੈ ਇੱਥੇ। ਮੈਂ ਹੈਰਾਨ ਹਾਂ ਸਾਡੀਆਂ ਸਟੇਜਾਂ ਤੇ ਬਹਿ ਕੇ ਇੱਥੋਂ ਮਾਇਆ ਇਕੱਠੀ ਕਰਕੇ ਆਹ ਇਤਿਹਾਸ ਨਹੀਂ ਮੰਨਦੇ, ਆਹ ਬਾਣੀ ਨਹੀਂ ਮੰਨਦੇ, ਉਹ ਨਹੀਂ ਮੰਨਦੇ, ਅਸੀਂ ਸਰੋਪੇ ਪਾਈ ਜਾਂਦੇ ਹਾਂ ਵੀ ਤਗੜੇ ਹੋ ਜਾਓ, ਨਾ ਮੰਨੋ ਤਗੜੇ ਹੋ ਜਾਓ, ਪਾਓ ਲੱਸੀ ਕੌਮ ਦੀਆਂ ਜੜ੍ਹਾਂ ਵਿੱਚ, ਸੁਕਾ ਦਿਓ ਇਹ ਜੜ ਨੂੰ। ਉਹ ਇਹ ਸਟੇਜ ਹੈ ਗੁਰੂ ਦੇ ਗੁਣ ਗਾਉਣ ਲਈ ਕਿ ਗੁਰੂ ਦੀ ਤਾਕਤ ਨੂੰ ਘਟਾ ਕੇ ਦੱਸਣ ਲਈ? ਨਹੀਂ ਜੀ, ਕਰਾਮਾਤ ਕਿੱਥੇ ਹੈ ਗੁਰੂ ਵਿੱਚ? ਇਹਨੂੰ ਬੰਦਾ ਪੁੱਛੇ ਵੀ ਉਹਦੇ ਤੇ 4 ਗਏ, ਤੇਰੇ 1 ਦਾ ਹੀ ਸਿਰ ਲਾ ਦਈਏ, ਤੇਰੀ ਅੱਖ ਚੋਂ ਮੋਤੀ ਨਾ ਡਿੱਗੇ ਤੇ ਫਿਰ ਵੇਖਾਂਗੇ।
ਜ਼ਾਰੋ ਜ਼ਾਰ ਤੂੰ ਕੰਧਾਂ ਵਿੱਚ ਟੱਕਰਾਂ ਮਾਰ ਕੇ ਮਰ ਜਾਵੇਂ, ਇਦੋਂ ਵੱਡੀ ਕਰਾਮਾਤ ਕਿਹੜੀ ਹੈ, ਕਟਵਾ ਕੇ ਪਿਸਰ ਚਾਰ ਇੱਕ ਆਂਸੂ ਨਾ ਬਹਾਇਆ। ਸਿੱਖ ਹੋ ਕੇ ਗੁਰੂ ਦੀ ਤਾਕਤ ਨੂੰ ਕੱਟ ਰਿਹਾ, ਇੱਕ ਮੁਸਲਮਾਨ ਹੋ ਕੇ ਅੱਲਾ ਯਾਰ ਖਾਂ ਕਹਿੰਦਾ ਮੈਂ ਵੇਖਿਆ ਹੈ, ਯਾਕੂਬ ਦੇ ਕੋਲੋਂ ਯੂਸਫ ਵਿਛੜੇ ਤੇ ਰੋਂਦਾ ਹੈ, ਪਰ ਤੇਰੇ ਚਾਰ ਲਾਲ ਵਿਛੜ ਜਾਣ ਕਲਗੀ ਤਰ ਤੈਨੂੰ ਰੋਂਦਿਆਂ ਕਿਸੇ ਇਤਿਹਾਸਕਾਰ ਦੀ ਕਲਮ ਨੇ ਨਹੀਂ ਡਿਠਾ ਅੱਜ ਤੱਕ। ਕਿੱਦਾਂ ਕੰਪੈਰੀਸ਼ਨ ਕਰ ਲਵਾਂ, 33 ਕਰੋੜ ਦੇਵਤਾ, 125 ਲੱਖ ਪੈਗੰਬਰ, ਕਰੋੜਾਂ ਦੇਵੀਆਂ ਲਿਆ ਕੇ ਇੱਕ ਤੱਕੜੀ ਵਿੱਚ ਕਲਗੀ ਧਰ ਦੇ ਬਰਾਬਰ ਬਿਠਾ ਦਿਓ, ਸਾਡੇ ਬਾਪੂ ਕਲਗੀ ਧਰ ਦਾ ਪਲੜਾ ਭਾਰਾ ਹੀ ਰਹੇਗਾ, ਉਹਦਾ ਮੁਕਾਬਲਾ ਕੋਈ ਨਹੀਂ ਹੈ ਰੂਹੇ ਜ਼ਮੀਨ ਉੱਤੇ। ਸਾਰਿਆਂ ਧਰਮਾਂ ਦੇ ਇਤਿਹਾਸ ਨੂੰ ਕੰਪੇਅਰ ਕਰੋ, ਇਹ ਨਹੀਂ ਵੀ ਇੱਦਾਂ ਹੀ ਮੈਂ ਗੱਲਾਂ ਕਰੀ ਜਾਣਾ, ਪੜ੍ਹ ਲਿਓ ਇਹਨਾਂ ਦੇ ਇਤਿਹਾਸ ਵੀ। ਠੀਕ ਹੈ, ਸਤਿਕਾਰ ਸਭ ਧਰਮਾਂ ਦਾ, ਰਹਿਬਰਾਂ ਪੈਗੰਬਰਾਂ ਦਾ, ਰਾਮ ਜੀ ਕ੍ਰਿਸ਼ਨ ਜੀ ਦਾ, ਸਾਰਿਆਂ ਦਾ ਅਦਬ ਹੈ, ਸਤਿਕਾਰ ਹੈ, ਪਰ ਇਹ ਸਰਾਸਰ ਗਲਤ ਹੈ ਵੀ ਕਲਗੀ ਧਰ ਦੇ ਨਾਲ ਕੰਪੇਅਰ ਕਰ ਦਵੋ ਵੀ ਫਲਾਣਾ ਪੈਗੰਬਰ ਉਹਦੇ ਬਰਾਬਰ ਦਾ ਸੀ, ਨਹੀਂ ਲੱਭੇਗਾ। ਲਕਸ਼ਮਣ ਜੀ ਮੂਰਛਿਤ ਹੋ ਗਏ, ਮਾਤਾ ਸੀਤਾ ਵਿਛੜ ਗਈ, ਤੇ ਬਾਣੀ ਵਿੱਚ ਇਹ ਦਰਜ ਹੈ, ਰਮਾਇਣ ਵੀ ਪੜ੍ਹ ਲਿਓ ਤੁਹਾਨੂੰ ਇਹ ਜ਼ਿਕਰ ਮਿਲ ਜਾਵੇਗਾ। ਕੀ ਕਹਿੰਦੇ, ਮਨ ਮੈਂ ਝੂਰੈ ਰਾਮ ਚੰਦ ਸੀਤਾ ਲਕਸ਼ਮਣ ਜੋਗ, ਹਣ ਮੰਤਰ ਆਰਾਧਿਆ ਆਇਆ ਕਰ ਸੰਜੋਗ। ਮਾਤਾ ਸੀਤਾ ਵਿਛੜ ਗਈ, ਲਕਸ਼ਮਣ ਜੀ ਵਿਛੜ ਗਏ, ਰਾਮ ਜੀ ਬੜਾ ਵੈਰਾਗ ਕਰਦੇ ਨੇ, ਜ਼ਾਰੋ ਜ਼ਾਰ ਅੱਖਾਂ ਰੋ ਪਈਆਂ। ਫਿਰ ਹਨੂਮਾਨ ਨੇ ਸੰਜੋਗ ਕਰਾਇਆ, ਲੱਭਿਆ ਕਿੱਥੇ ਹੈ ਮਾਂ ਸੀਤਾ। ਯਾਦਵ ਕੁੱਲ ਦਾ ਅੰਤ ਹੋ ਗਿਆ ਕ੍ਰਿਸ਼ਨ ਜੀ ਵੈਰਾਗ ਵਿੱਚ ਨੇ। ਕਲਗੀਧਰ ਤੇਰਾ ਸਰਬੰਸ ਹੀ ਗਿਆ ਹੈ, ਤੇਰਾ ਵਜੂਦ ਕੈਸਾ ਹੈ, ਤੇਰੀ ਅੱਖ ਚੋਂ ਇੱਕ ਮੋਤੀ ਨਹੀਂ ਡਿੱਗਦਾ, ਕਿੱਦਾਂ ਕੰਪੇਅਰ ਕਰੋਗੇ ਦੱਸੋ। ਉਹਦਾ ਸ਼ਰੀਕ ਕੋਈ ਨਹੀਂ ਹੈ, ਉਹਦੇ ਬਰਾਬਰ ਦਾ ਕੋਈ ਨਹੀਂ ਹੋਇਆ। ਸਿੱਖਾਂ ਦੀਆਂ ਲਿਖਤਾਂ ਨਾ ਪੜ੍ਹੋ, ਜਾਓ ਗੈਰ ਸਿੱਖ ਮੁਸਲਮਾਨਾਂ ਦੀਆਂ ਲਿਖਤਾਂ, ਹਿੰਦੂ ਵੀਰਾਂ ਦੀਆਂ ਲਿਖਤਾਂ ਪੜ੍ਹੋ ਕਲਗੀਧਰ ਦੀ ਸ਼ਾਨ ਵਿੱਚ, ਤੇ ਹੋਰਾਂ ਪੈਗੰਬਰਾਂ ਦੀਆਂ ਲਿਖਤਾਂ, ਉਹਨਾਂ ਦੀ ਸ਼ਾਨ ਵਿੱਚ ਲਿਖੇ ਹੋਏ ਇਤਿਹਾਸ, ਹੋਰਾਂ ਧਰਮਾਂ ਦੇ ਪੈਗੰਬਰਾਂ ਦੇ ਇਤਿਹਾਸ ਪੜ੍ਹ ਲਵੋ। ਤੁਹਾਨੂੰ ਇਉਂ ਲੱਗੇਗਾ ਜਿਵੇਂ ਲੱਖਾਂ ਤਾਰਿਆਂ ਦੇ ਵਿੱਚ ਚੰਦਰਮੇ ਦੀ ਪਹੁੰਚ ਹੀ ਵੱਖਰੀ ਹੈ, ਸਾਡਾ ਬਾਬਾ ਕਲਗੀਧਰ ਏਦਾਂ ਵੱਖਰਾ ਹੈ ਸਭ ਪੈਗੰਬਰਾਂ ਨਾਲੋਂ। ਉੱਥੇ ਇੱਕ ਵੈਰਾਗ ਦੀ ਲਹਿਰ ਦੌੜ ਗਈ, ਵੈਰਾਗ ਛਾ ਗਿਆ ਸਾਰਿਆਂ ਵਿੱਚ, ਕਲਗੀਧਰ ਦੇ ਲਾਲ ਨਹੀਂ ਰਹੇ, ਮਾਤਾ ਨਹੀਂ ਰਹੀ, ਮਹਿਲ ਵਿਛੜ ਗਏ, ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਜੀ ਵਿਛੜ ਗਏ। ਖੈਰ ਲੱਖ ਪਤੰਗਾ ਦੀਵੇ ਤੋਂ ਦੂਰ ਜਾਵੇ, ਇੱਕ ਦਿਨ ਖਿੱਚਿਆ ਹੀ ਆਉਂਦਾ ਹੈ, ਵੈਸੇ ਵੀ ਗੁਜ਼ਾਰਾ ਨਹੀਂ ਹੈ। ਜਿਹੜਾ ਫੁੱਲ ਡਾਲੀ ਤੋਂ ਟੁੱਟ ਜਾਵੇ ਉਹ ਤੇ ਸੁੱਕੇਗਾ, ਜੁੜਿਆ ਰਹੇ ਤੇ ਚੰਗਾ ਹੈ। ਮਨ ਦੇ ਵਿੱਚ ਵੈਰਾਗ ਪੈਦਾ ਹੋ ਗਿਆ, ਫੁੱਲ ਬਖਸ਼ਾ ਲਈਏ, ਗੁਰੂ ਦੇ ਲੜ ਲੱਗ ਜਾਈਏ, ਉੱਥੇ ਜਾ ਕੇ ਤਰਲਾ ਮਿੰਤ ਕਰੀਏ, ਸਾਨੂੰ ਬਖਸ਼ ਦੇਵੇ। ਮਾਂ ਭਾਗੋ ਨਾਲ ਚੱਲ ਪਈ ਹੈ, ਔਰ ਇਹਨਾਂ ਨੂੰ, ਇਹਨਾਂ ਮੇਧਾਵੀਆਂ ਨੂੰ ਪ੍ਰੇਰ ਕੇ ਮਾਤਾ ਭਾਗੋ ਵੀ ਤੁਰ ਪਈ ਹੈ। ਝਬਾਲ ਦੀ ਧਰਤੀ ਤੋਂ ਦਾਨੇ ਪ੍ਰਦਾਨੇ ਇਹ ਸੱਜਣ ਚੱਲ ਪਏ ਨੇ ਗੁਰੂ ਦੇ ਵੱਲ, ਤੇ ਗੁਰੂ ਪਾਤਸ਼ਾਹ ਉਦੋਂ ਰਾਏ ਕੱਲੇ ਦੀ ਸਰਾਂ ਤੋਂ ਖਿਦਰਾਣੇ ਦੀ ਢਾਬ ਵੱਲ ਨੂੰ ਜਾ ਰਹੇ ਸਨ। ਉੱਥੇ ਇੱਕ ਜਗ੍ਹਾ ਦੇ ਉੱਤੇ ਇਹ ਮਝੈਲੀਏ ਜੰਗ ਤੋਂ ਪਹਿਲਾਂ ਮਿਲ ਗਏ ਨੇ ਕਲਗੀਧਰ ਪਾਤਸ਼ਾਹ ਨੂੰ, ਰਾਮੇ ਵਾਲੇ ਦੇ ਨੇੜੇ ਦੀਨ ਦੁਨੀਆਂ ਦੇ ਮਾਲਕ ਨੂੰ ਮਿਲੇ।
ਅੱਛਾ ਸਾਡੀ ਮੁਸ਼ਕਲ ਇਹ ਹੈ, ਅਸੀਂ ਸਿਆਣਫਾਂ ਬੜੀਆਂ ਵਰਤਦੇ ਹਾਂ ਗੁਰੂ ਨਾਲ, ਅਤੇ ਜਿੱਦਾਂ ਦੀਆਂ ਰਹਿਆਂ ਅਸੀਂ ਇੱਕ ਦੂਜੇ ਨੂੰ ਘਰਾਂ 'ਚ ਦਿੰਦੇ ਹਾਂ, ਗੁਰੂ ਨੂੰ ਵੀ ਦੇਣ ਲੱਗ ਪੈਂਦੇ ਹਾਂ। ਮੈਂ ਹੈਰਾਨ ਹਾਂ ਵੀ ਸਿੱਖ ਦਾ ਮਤਲਬ ਹੁੰਦਾ ਸਿੱਖਣ ਵਾਲਾ, ਸਿੱਖ ਸਿਖਾਉਂਦਾ ਨਹੀਂ ਹੈ। ਅੱਜ ਕੱਲ੍ਹ ਮੈਂ ਇਹਦੀ ਬੜੇ ਜਾਗਰੂਕ ਪ੍ਰਚਾਰਕਾਂ ਸੁਲਝੇ ਹੋਏ ਹਾਂ, ਗੁਰੂ ਦੀ ਬਾਣੀ ਨੂੰ ਕੱਟ ਵੜ ਕਰਕੇ ਸਿਖਾਉਣ ਲੱਗ ਪੈਂਦੇ ਵੀ ਗੁਰੂ ਇਹ ਕਿਉਂ ਲਿਖ ਦਿੱਤਾ ਜੀ, ਤੂੰ ਐਦਾਂ ਕਿਉਂ ਲਿਖਿਆ ਜੀ ਤੂੰ। ਮੈਂ ਹੈਰਾਨ ਹਾਂ ਵੀ ਤੂੰ ਗੁਰੂ ਹੈ ਜਾਂ ਤੂੰ ਸਿੱਖ ਹੈ, ਅਤੇ ਜੇ ਸਿੱਖ ਹੈ ਜੋ ਗੁਰੂ ਨੇ ਲਿਖਿਆ ਫਿਰ ਤਰਕ ਕਾਹਦਾ ਹੈ, ਅਤੇ ਜਾਂ ਤੂੰ ਭਰਾ ਗੁਰੂ ਬਣ ਕੇ ਬਹਿ ਜਾ, ਨਾ ਮਨ ਫਿਰ ਗੁਰੂ ਗ੍ਰੰਥ ਸਾਹਿਬ, ਫਿਰ ਵੇਖ ਲਵਾਂਗੇ ਕਿੰਨੇ ਕੁ ਦਿਨ ਬੇੜੀ ਤਰਦੀ ਹੈ। ਇੱਥੇ ਕਈ ਗੁਰੂ ਡੁੱਬੇ ਹੋਏ ਨੇ, ਦੇਹ ਤਾਰੀ ਇੱਥੇ ਕਈ ਇੱਥੇ ਡੁੱਬੇ ਹੋਏ ਨੇ ਜਿਨ੍ਹਾਂ ਦੇ ਸ਼ੇਖ ਸੀ ਵਿਕਾਰਾਂ ਦੇ, ਦੀਨ ਦੁਨੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਹੋ ਕੇ ਨਤਮਸਤਕ ਹੋ ਕੇ ਭਾਗ ਸਿੰਘ ਮਜਾਈ, ਭਾਗ ਸਿੰਘ ਮਜਾਇਲ ਜਿਹੜਾ ਚਬਾਲੀਆ ਚੌਧਰੀ ਸੀ, ਉਹ ਗੁਰੂ ਪਾਤਸ਼ਾਹ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗਾ। ਕਹਿੰਦਾ ਪਾਤਸ਼ਾਹ ਇੱਕ ਬੇਨਤੀ ਕਰਨੀ ਹੈ, ਚਰਨ ਪਕੜ ਕੇ ਮੱਥਾ ਟੇਕ ਕੇ ਕਹਿੰਦਾ। ਮਹਾਰਾਜ ਸੁਣ ਰਹੇ ਨੇ, ਹਜੇ ਸੁਣ ਹੀ ਰਹੇ ਸਨ, ਤੇ ਹੌਲੀ ਦੀ ਕਹਿੰਦਾ ਜੀ ਸਲਾਹ ਦੇਣੀ ਹੈ ਤੁਹਾਨੂੰ, ਇੱਕ ਇੱਥੇ ਮਾਰ ਖਾ ਜਾਂਦੇ ਹਾਂ ਆਪਾਂ, ਸਲਾਹ ਲੈਣ ਆਈਦਾ ਗੁਰੂ ਤੋਂ, ਸਲਾਹ ਨਹੀਂ ਦੇਈਦੀ ਵੀ ਇਤਿਹਾਸ ਚਾਹ ਨਹੀਂ ਸੀ ਚਾਹੀਦਾ, ਦਸਮ ਬਾਣੀ ਚਾਹ ਨਹੀਂ ਸੀ ਚਾਹੀਦਾ, ਗੁਰੂ ਗ੍ਰੰਥ ਸਾਹਿਬ ਵਿੱਚ ਭੱਟਾਂ ਦੀ ਬਾਣੀ ਨਹੀਂ ਸੀ ਚਾਹੀਦੀ, ਸਲਾਹ ਨਾ ਦਿਆ ਕਰ। ਤੂੰ ਸਿੱਖ ਹੈ ਤੇ ਸਿੱਖਣ ਆਇਆ ਕਰ, ਜਿੱਦਣ ਦਾ ਸਿਖਾਉਣ ਲੱਗ ਪਿਆ ਪਲੇ ਕੱਖ ਨਹੀਂ ਛੱਡਿਆ ਕੌਮ ਦੇ ਇਹਨਾਂ ਲੋਕਾਂ ਨੇ, ਫਿਰੂੰ ਫਿਰੂੰ ਕਰ ਦਿੱਤਾ ਸਭ ਕੁਝ। ਇੱਥੇ ਕਲਗੀਧਰ ਦਾ ਹੱਥ ਹੈ ਵੀ ਕੌਮ ਨੂੰ ਮੁਕਾ ਕੋਈ ਨਹੀਂ ਸਕਦਾ, ਨਹੀਂ ਤੇ ਇੱਥੇ ਬੇੜੀ ਡੋਬ ਬੜੇ ਤੁਰੇ ਫਿਰਦੇ ਨੇ। ਕਹਿੰਦਾ ਜੀ ਇੱਕ ਸਲਾਹ ਦੇਣੀ ਹੈ, ਔਰ ਆਇਆ ਵੀ ਵੇਖੋ ਕਿਸ ਦਿਨ ਹੈ, ਜਦੋਂ ਚਾਰ ਲਾਲ ਸ਼ਹੀਦ ਹੋ ਗਏ ਨੇ, ਪਹਿਲਾਂ ਸਲਾਹਾਂ ਨੇ ਵੀ ਨਾ, ਪਹਿਲਾਂ ਸਲਾਹਾਂ ਨੇ ਵੀ ਨਾ ਸਾਥ ਦਿੱਤਾ ਇਹਨੂੰ, ਪੂਰੀਆਂ ਹੀ ਨਾ ਸਲਾਹਾਂ ਜਦੋਂ ਵਿਦਾਵਾ ਦੇ ਕੇ ਆਇਆ ਸੀ। ਕਹਿੰਦਾ ਜੀ ਲੜਾਈ ਦਾ ਪੱਖ ਛੱਡ ਦਿਓ, ਝਗੜੇ ਕਰਨੇ ਛੱਡ ਦਿਓ, ਫਕੀਰਾਂ ਦਾ ਤਖਤ ਹੈ ਗੁਰੂ ਨਾਨਕ ਦਾ ਤਖਤ, ਫਕੀਰੀ ਧਾਰ ਲਵੋ, ਪੀਰੀ ਧਾਰ ਲਵੋ, ਮੀਰੀ ਸ਼ਕਤੀ ਛੱਡ ਦਿਓ, ਤੇ ਤੁਸੀਂ ਪੀਰ ਬਣ ਕੇ ਬੈਠੋ, ਗੁਰੂ ਬਣ ਕੇ ਉਪਦੇਸ਼ ਦਿਓ, ਅਸੀਂ ਚਰਨ ਘੁੱਟੀ ਜਾਵਾਂਗੇ, ਤੁਹਾਡੀ ਸੇਵਾ ਕਰਦੇ ਰਵਾਂਗੇ। ਇਹ ਮੂਰਖ ਬੰਦਾ ਇਹ ਨਹੀਂ ਸਮਝਦਾ, ਜੇ ਗੁਰੂ ਨੇ ਤਲਵਾਰ ਛੱਡ ਦਿੱਤੀ ਹੁੰਦੀ ਤੇ ਭਾਰਤ ਵਰਸ਼ ਅੱਜ ਆਜ਼ਾਦ ਨਾ ਹੁੰਦਾ, ਜਿਹੜਾ 700-800 ਵਰਾ ਆਜ਼ਾਦ ਨਾ ਹੋ ਸਕਿਆ। ਕਿਤੇ ਹੱਥ ਜੋੜਿਆਂ ਵੀ ਰਾਜ ਮਿਲਦੇ ਹੋਏ ਤੇ ਦੱਸ ਦਿਓ, ਕਿਸੇ ਦੇਸ਼ ਦੇ ਇਤਿਹਾਸ ਵਿੱਚ ਜੇ ਮਿਲੇ ਹੋਏ ਤੇ, ਜੇ ਗਾਂਧੀ ਹੋਣਾ ਦੇ ਚਰਖਿਆਂ ਤੇ ਬੈਠੇ ਰਹਿੰਦੇ ਤੁਸੀਂ, ਤੇ ਹੁਣ ਨੂੰ ਆਜ਼ਾਦੀ ਮਿਲ ਗਈ ਸੀ ਤੁਹਾਨੂੰ, ਇਹਦੇ ਸਿਰ ਦੇ ਕੇ ਆਜ਼ਾਦੀ ਆਈ ਹੈ। ਭਾਵੇਂ ਉਹ ਭਗਤ ਸਿੰਘ ਹੋਵੇ ਜਾਂ ਹੋਰ ਜਿੰਨੇ ਵੀ ਦੇਸ਼ ਭਗਤ ਹੋਏ ਨੇ, ਜ਼ਿਆਦਾਤਰ 90% ਸਿੱਖ ਜਗਤ ਨੇ ਸ਼ਹੀਦੀਆਂ ਦਿੱਤੀਆਂ ਨੇ। ਕੋਈ ਵੀ ਹੁਕਮਰਾਨ ਭਾਰਤ ਵਰਸ਼ 'ਤੇ ਚੜ੍ਹ ਕੇ ਆਇਆ, ਇਹ 90% ਸਿੰਘਾਂ ਦਾ ਹੀ ਕੰਮ ਸੀ, ਸ਼ਹਾਦਤਾਂ ਦੇਣੀਆਂ, ਸਿਰ ਦਿੱਤੇ ਵੀ ਅਤੇ ਸਿਰ ਲਾਏ ਵੀ, ਕਿਤੇ ਮੁਗਲਾਂ ਤੋਂ ਆਜ਼ਾਦ ਕਰਾਇਆ, ਕਿਤੇ ਅੰਗਰੇਜ਼ਾਂ ਤੋਂ ਕਰਾਇਆ, ਅਤੇ ਹੁਣ ਉਹ ਬੋਧੀ ਵਾਲੇ ਆਖਣਗੇ ਅਤੇ ਸਾਡਾ ਦੇਸ਼ ਹੈ। ਅਤੇ ਮੈਂ ਸੋਚਦਾ ਨਾ ਵੀ ਜੇ ਤੁਹਾਡਾ ਦੇਸ਼ ਸੀ ਅਤੇ ਤੁਹਾਡੇ ਸਨਾਤਨ ਪੁਰਾਤਨ ਜੰਝੂ ਨੂੰ ਬਚਾਉਣ ਵਾਲਾ ਅਤੇ ਸਾਡਾ ਬਾਪੂ ਗੁਰੂ ਤੇਗ ਬਹਾਦਰ ਸੀ, ਤਿਲਕ ਜੰਝੂ ਰਾਖਾ ਪ੍ਰਭ ਤਾਂ ਕਾ, ਯਾਦ ਰੱਖਿਓ ਅਗਰ ਸਨਾਤਨ ਮਤ ਦੁਨੀਆਂ ਤੇ ਮੌਜੂਦ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਉਹ ਮਾਣ ਮੱਤਾ ਇਤਿਹਾਸ ਆਪਣੇ ਬੱਚਿਆਂ ਨੂੰ ਪੜ੍ਹਾਇਆ ਕਰੋ ਵੀ ਧੋਤੀ ਬੋਧੀ ਰੱਖਣ ਵਾਲਾ ਦੁਨੀਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਸੀ, ਨਹੀਂ ਜੇ ਇੱਥੇ ਨਾ ਟਾਲੀ ਖੜਕਣੇ ਹੈ, ਨਾ ਮੰਦਰਾਂ ਦੇ ਦੀਵੇ ਰਹਿਣੇ ਸੀ, ਨਾ ਮੰਦਰ ਰਹਿਣੇ ਸੀ, ਨਾ ਧੋਤੀ ਨਾ ਬੋਧੀ ਨਾ ਤਿਲਕ ਨਾ ਜੰਝੂ ਨਾ ਜਨੇਊ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਡੁੱਬਦੇ ਧਰਮ ਨੂੰ ਮੋਢਾ ਲਾਇਆ ਹੈ।
ਤੇ ਮੈਂ ਸਮਝਦਾ ਜਿੱਥੇ ਸਿੱਖ ਯਾਦ ਕਰਦੇ ਨੇ ਗੁਰੂ ਪੀਰਾਂ ਨੂੰ, ਹਿੰਦੂ ਵੀਰਾਂ ਨੂੰ ਵੀ ਬੇਨਤੀ ਕਰਦਾ ਹੁੰਦਾ ਵੀ ਕੋਈ ਦੇਵਤਾ ਨਹੀਂ ਸੀ ਬੌੜਿਆ ਜੇ ਗੁਰੂ ਤੇਗ ਬਹਾਦਰ ਨਾ ਬੌੜਿਆ ਹੁੰਦਾ। ਉਹਨੂੰ ਯਾਦ ਕਰਿਆ ਕਰੋ, ਸਵੇਰੇ ਉੱਠਦੇ ਯਾਦ ਕਰਿਆ ਕਰੋ, ਜਿਹੜੀ ਆਜ਼ਾਦੀ ਦੀ ਬੁਰਕੀ ਖਾਂਦੇ ਉਹ ਗੁਰੂ ਤੇਗ ਬਹਾਦਰ ਦੀ ਬਖਸ਼ੀ ਹੋਈ ਹੈ। ਖੈਰ, ਦੀਨ ਦੁਨੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਨੇ ਲੜਾਈ ਦਾ ਪੱਖ ਛੱਡ ਦਿਓ, ਸਲਾਹ ਦੇ ਰਹੇ ਨੇ। ਇੱਕ ਕੀਟ, ਇੱਕ ਦੁਨਿਆਵੀ ਕੀੜਾ ਖੁਦਾ ਨੂੰ ਸਲਾਹ ਦੇ ਰਿਹਾ ਹੈ, ਰੱਬ ਨੂੰ ਸਲਾਹ ਦੇ ਰਿਹਾ ਹੈ। ਅੱਛਾ ਮਹਾਰਾਜ, ਜੇ ਚੁੱਪ ਕਰਕੇ ਬਹਿ ਜਾਓ ਨਾ ਠੰਡੇ ਹੋ ਕੇ, ਤੇ ਤੁਹਾਡੀ ਸੁਲਾਹ ਵੀ ਕਰਾ ਦੇਵਾਂਗੇ ਲਾਹੌਰ ਦਰਬਾਰ ਦੇ ਨਾਲ। ਮਹਾਰਾਜ ਸੁਣਦੇ ਰਹੇ, ਗੁਰੂ ਪਾਤਸ਼ਾਹ ਸੁਣਦੇ ਰਹੇ। ਗੁਰੂ ਮਹਾਰਾਜ ਕਹਿੰਦੇ ਵੀ ਕੋਈ ਹੋਰ ਵੀ ਰਹਿ ਦੇਣੀ ਕਿ ਬਸ ਖਤਮ ਹੈ ਬਸ? ਕਹਿੰਦੇ ਨਹੀਂ ਮਹਾਰਾਜ, ਤੁਹਾਡੀ ਸੁਲਾਹ ਕਰਾ ਦਿੰਦੇ ਹਾਂ ਦਿੱਲੀ ਤਖ਼ਤ ਦੇ ਨਾਲ। ਭਾਗ ਸਿੰਘ ਝਬਾਲੀਆ ਕਹਿੰਦਾ ਆਪਣੀ ਜਾਣ ਪਛਾਣ ਹੈਗੀ ਹੈ ਵਿੱਚ। ਹੁਣ ਮਹਾਰਾਜ ਨੇ ਜਿਹੜਾ ਵਚਨ ਕੀਤਾ, ਜੇ ਤੁਹਾਡੇ ਇੱਥੇ ਜ਼ਿਹਨ ਵਿੱਚ ਵਸ ਜਾਵੇ ਤੇ ਜੀਵਨ ਸਫਲਾ ਹੋ ਜਾਵੇਗਾ। ਕਹਿੰਦੇ ਗੱਲ ਸੁਣੋ ਚੌਧਰੀ, ਇਹਨਾਂ ਨੂੰ ਇਕੱਠਿਆਂ ਕਰਕੇ ਆ ਗਿਆ ਹੈ ਵੀ ਇੱਥੇ ਫਕੀਰੀ ਧਾਰ ਕੇ ਬਹਿ ਜਾਓ, ਅਸੀਂ ਤੁਹਾਡੇ ਸਿੱਖ ਹਾਂ, ਸੇਵਾ ਕਰਾਂਗੇ। ਤੁਹਾਡੇ ਤੋਂ ਸਿੱਖ ਮੈਨੂੰ ਇੱਕ ਵੀ ਨਹੀਂ ਲੱਗਦਾ। ਸਿੱਖ ਸਿਖਾਉਣ ਨਹੀਂ ਆਉਂਦਾ, ਸਿੱਖ ਸਮਝਾਉਣ ਨਹੀਂ ਆਉਂਦਾ, ਸਿੱਖਣ ਆਉਂਦਾ ਹੈ। ਸਿਆਣਪਾਂ ਦੇ ਭਾਂਡੇ ਖਾਲੀ ਕਰਕੇ ਇੱਥੇ ਸਿੱਖਣ ਆਉਂਦਾ ਹੈ, ਇੱਥੇ ਸਿੱਖ ਸਿੱਖਣ ਆਉਂਦਾ ਹੈ। ਪਰ ਅਸੀਂ ਅੱਜ ਵੀ ਗੁਰੂ ਨੂੰ ਸਮਝਾ ਰਹੇ ਹਾਂ, ਇਹ ਬਾਣੀ ਨਾ ਲਿਖਦੇ ਕਿਉਂ? ਲਿਖੀਏ ਨਹੀਂ ਸੀ ਹੋਣਾ ਚਾਹੀਦਾ, ਅਰਥ ਆਪ ਨੂੰ ਸਮਝ ਨਹੀਂ ਆਉਂਦੇ। ਉਹ ਸੀਮ ਦੀ ਬਾਣੀ ਹੈ, ਤੂੰ ਅਲਪੱਗ ਬੰਦਾ ਹੈ, ਤੈਨੂੰ ਕਿੱਥੋਂ ਸਮਝ ਆਵੇਗੀ ਕਿਉਂ ਲਿਖੀ ਤੇ ਕਾਹਦੇ ਲਈ ਲਿਖੀ ਹੈ? ਤੇ ਜਿੰਨੀ ਕੁ ਸਮਝ ਆਉਂਦੀ ਹੈ ਠੀਕ ਹੈ, ਆਨੰਦ ਮਾਣਿਆ ਕਰ। ਸਮੁੰਦਰਾਂ ਦੀ ਡੁੰਘਾਈ ਦੇ ਭੇਦ ਕੋਈ ਵੀ ਨਹੀਂ ਪਾ ਸਕਿਆ ਅੱਜ ਤੱਕ, ਚੁੱਭੀਆਂ ਚੱਬੀਆਂ ਮਾਰੀ ਦੀਆਂ ਆਨੰਦ ਲਈਦੇ ਨੇ। ਕੀ ਕਹਿੰਦੇ ਨੇ? ਅੰਤ ਕਾਰਨ ਕੇਤੇ ਬਿਲਾਹੇ ਤਾਂ ਕਿ ਅੰਤ ਨਾ ਪਾਏ ਜਾਏ। ਉਹਦੇ ਕਿੱਥੋਂ ਅੰਤ ਪੈਂਦੇ ਨੇ? ਇਹ ਕਈ ਗਰਕ ਹੋ ਗਏ ਅੰਤ ਪਾਉਂਦੇ ਪਾਉਂਦੇ। ਸਮੁੰਦਰ ਹੈ ਬਾਣੀ, ਇਹਦਾ ਅੰਤ ਕੋਈ ਨਹੀਂ ਹੈ, ਕਿਉਂਕਿ ਬੇਅੰਤ ਦੀ ਬਾਣੀ, ਬੇਅੰਤ ਦੇ ਬੋਲ ਨੇ। ਅਸੀਂ ਦੁਨਿਆਵੀ ਲੋਕ ਬੇਅੰਤ ਦੀ ਬਾਣੀ ਦਾ ਅੰਤ ਨਹੀਂ ਲੈ ਸਕਦੇ। ਯਾਦ ਰੱਖਿਓ, ਗੁਰੂ ਪਾਤਸ਼ਾਹ ਕਹਿੰਦੇ ਧਿਆਨ ਦਿਓ। ਸਿੱਖ ਪਤਾ ਕੌਣ ਹੁੰਦਾ ਹੈ ਕਿ ਧਿਆਨ ਦਿਓ? ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਜੇ ਗੁਰੂ ਘਰ ਰਹਿਣਾ ਹੈ ਤੇ ਗੁਰੂ ਦੀ ਆਗਿਆ ਮੰਨਣੀ ਹੈ, ਮਨਾਉਣੀ ਨਹੀਂ ਹੈ। ਜੇ ਗੁਰੂ ਦੇ ਘਰ ਰਹਿਣਾ ਹੈ ਤੇ ਇਹ ਜਾਗਰੂਕਾਂ ਵਾਲਾ ਦਿਮਾਗ ਖਾਲੀ ਕਰਕੇ ਆ, ਇੱਥੇ ਕਮਲਾ ਰਮਲਾ ਮਲੰਗ ਬਣ ਕੇ ਆ, ਨੀਵਾਂ ਹੋ ਕੇ ਆ, ਇਹਦੇ ਦਰ ਤੇ ਆ ਕੇ ਆਖ ਵੀ ਮੈਂ ਨਿਗੁਣਾ, ਮੇਰੇ ਚ ਗੁਣ ਕੋਈ ਨਹੀਂ ਹੈ। ਕੀ ਕਹਿੰਦੇ ਨੇ? ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ। ਇੱਥੇ ਮੂਰਖ, ਮੂਰਖ ਤੋਂ ਭਾਵ ਹੈ ਨਿਮਾਣਾ ਜਿਹਾ ਬਣ ਜਾ, ਸਿਆਣਪਾਂ ਘਰ ਛੱਡ ਕੇ ਆ। ਗੁਰੂ ਸਿਆਣਪਾਂ ਦੇਣ ਵਾਲਾ, ਇਹਦੇ ਅੱਗੇ ਸਿਆਣਪਾਂ ਦੀਆਂ ਨਾ ਚੁੱਕੀ ਫਿਰਿਆ ਕਰ ਆਪਦੀਆਂ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕਉ ਕਰ ਕਛ ਨਾ। ਜਨਾਵੈ ਕੀ ਅਰਥ ਨੇ? ਆਪਣੇ ਆਪ ਨੂੰ ਰੰਚਕ ਮਾਤਰ ਵੀ ਉੱਚਾ ਨਹੀਂ ਸਮਝਣਾ, ਕਛ ਨਾ ਜਨਾਵੈ, ਜ਼ੀਰੋ ਸਮਝਣਾ ਹੈ ਆਪਣੇ ਆਪ ਨੂੰ। ਹਰ ਹਰ ਨਾਮ ਹਿਰਦੈ ਸਦ ਧਿਆਵੈ, ਤੇ ਆ ਕੇ ਇੱਥੇ ਬਾਣੀ ਪੜ੍ਹਨੀ ਹੈ, ਨੁਕਸ ਬਿੰਦੀਆਂ ਨਹੀਂ ਕੱਢਣੀਆਂ ਗੁਰੂ ਘਰ ਆ ਕੇ। ਇੱਦਾਂ ਹੋ ਜਾ, ਹਸਤੀ ਸਿਰ ਜਿਉਂ ਅੰਕੁਸ਼ ਹੈ, ਅਹਿਰਣ ਜਿਉਂ ਸਿਰ ਦੇ,
ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। ਉਹ ਕੁੰਡਾ ਜਿਹਾ ਹੁੰਦਾ ਹਾਥੀ ਦੇ ਸਿਰ ਤੇ, ਉਹ ਕੁੰਡਾ ਮਾਰਦੇ ਨੇ ਤੇ ਕੁੰਡੇ ਦੇ ਭੈ ਵਿੱਚ ਉਹ ਹਾਥੀ ਚੱਲਦਾ, ਅੰਕੁਸ਼ ਦੇ ਭੈ ਵਿੱਚ ਚੱਲਦਾ ਹੈ। ਉਹ ਕੁੰਡੇ ਦਾ ਬੜਾ ਡਰ ਮਨਾਉਂਦਾ ਆ ਹਾਥੀ, ਕਹਿੰਦੇ ਇਉਂ ਗੁਰੂ ਦੇ ਭੈ ਵਿੱਚ ਚੱਲ ਜਿਵੇਂ ਹਾਥੀ ਕੁੰਡੇ ਦੇ ਭੈ ਵਿੱਚ ਚੱਲਦਾ, ਜੇ ਆਖੇ ਬਹਿ ਜਾ ਤੇ ਉਹ ਬਹਿ ਜਾਂਦਾ, ਆਖੇ ਖਲੋ ਜਾ ਤੇ ਖਲੋ ਜਾਂਦਾ, ਆਖੇ ਸਲਾਮੀ ਦੇ ਤੇ ਸਲਾਮੀ ਦਿੰਦਾ ਹੈ। ਜੇ ਤੇ ਸਿੱਖ ਬਣ ਕੇ ਆਏ ਹੋ ਤੇ ਧਿਆਨ ਨਾਲ ਗੱਲ ਸੁਣ ਲਵੋ, ਕਹਿੰਦੇ ਤੁਸੀਂ ਕਹਿੰਦੇ ਹੋ ਨਾ ਲਾਹੌਰ ਦਰਬਾਰ ਨਾਲ ਸੁਲਾ ਕਰਵਾ ਦਈਏ, ਸੁਲਾ ਉਹ ਕਰਦਾ ਹੈ ਜਿਹਨੂੰ ਕਿਸੇ ਦਾ ਡਰ ਹੋਵੇ। ਗੁਰੂ ਨਾਨਕ ਨਿਰੰਕਾਰੀ ਦਾ ਤਖ਼ਤ ਕਿਸੇ ਅੱਗੇ ਝੁਕਦਾ ਨਹੀਂ ਹੈ, ਜਿਹਨੇ ਸੁਲਾ ਕਰਨੀ ਹੈ ਉਹ ਇੱਥੇ ਚੱਲ ਕੇ ਆ ਸਕਦਾ ਹੈ, ਅਸੀਂ ਕਿਸੇ ਕੋਲ ਚੱਲ ਕੇ ਨਹੀਂ ਜਾਂਦੇ। ਅੱਛਾ, ਚਾਰ ਲਾਲ ਵਾਰ ਕੇ ਵੀ ਏਡੀ ਚੜ੍ਹਦੀ ਕਲਾ ਦੀ ਗੱਲ ਤੁਹਾਨੂੰ ਕਿੱਥੇ ਮਿਲੇਗੀ? ਸਾਫ਼ ਜੀ ਗੱਲ ਹੈ ਵੀ ਤੁਹਾਡੇ ਅੱਗੇ ਤਾਂ ਕੋਈ ਬਦਲਾ ਲੈਣ ਵਾਲਾ ਰਿਹਾ ਹੀ ਨਹੀਂ, ਚਾਰ ਲਾਲ ਸ਼ਹੀਦ ਹੋ ਗਏ, ਸੁਲਾ ਕਰ ਲਵੋ। ਕਹਿੰਦੇ ਕੀ ਹੋਇਆ, ਮੇਰੇ ਅੱਗੇ ਮੇਰੇ ਚਾਰ ਲਾਲ ਨਹੀਂ ਰਹੇ, ਚਿਹਾ ਸ਼ੁੱਧ ਕੇ ਚੂੰ ਬਚਗਾ ਕੁਛ ਤੇ ਚਾਰ ਕੇ, ਬਾਕੀ ਬੇਮਾਦਸਤ ਪੇਚੀ ਦੇ ਮਾਰ, ਹਜੇ ਕੁੰਡਲੀਆ ਸੱਪ ਖਾਲਸਾ ਮੇਰਾ ਜਿਉਂਦਾ ਏ। ਉਹ ਚੰਗੀ ਸ਼ਹੀਦ ਹੋਏ ਨੇ, ਇਉਂ ਸਮਝ ਲਓ ਗੁਰੂ ਗੋਬਿੰਦ ਸਿੰਘ ਆਪ ਫਨੀਅਰ ਨਾਗ ਅਜੇ ਜਿਉਂਦਾ ਏ, ਚਾਰ ਹੀ ਉਹਦੇ ਸਪੋਲੇ ਸ਼ਹੀਦ ਹੋਏ ਨੇ। ਸੁਚਾਨੰਦ ਨੇ ਸਪੋਲੇ ਕਿਹਾ ਸੀ ਮਹਾਰਾਜ ਦੇ ਲਾਲਾ, ਔਰ ਕਲਗੀਧਰ ਕਹਿੰਦੇ ਕੋਈ ਗੱਲ ਨਹੀਂ, ਵਾਕਿਆ ਹੀ ਇਹ ਸਾਡੀਆਂ ਪੀੜ੍ਹੀਆਂ ਵਿੱਚ ਪੈਦਾ ਹੋਣ ਵਾਲੇ ਜਿਹੜੇ ਲਾਲ ਨੇ, ਇਹ ਭੁਚੰਗੀ ਨੇ, ਇਹ ਸਪੋਲੇ ਨੇ, ਇਹ ਸੱਪ ਨੇ। ਖਾਲਸਾ ਦੁਸ਼ਮਣਾਂ ਦੇ ਲਈ ਜ਼ਹਿਰੀਲਾ ਸੱਪ ਹੈ ਤੇ ਪਿਆਰਿਆਂ ਦੇ ਲਈ, ਸੱਜਣਾਂ ਦੇ ਲਈ ਅੰਮ੍ਰਿਤ ਬਣ ਕੇ ਵਰਸਦਾ ਹੈ। ਜਿਹਾ ਸ਼ੁੱਧ ਕੇ ਚੂੰ ਬਚਗਾ ਕੁਛ ਤੇ ਚਾਰ ਕੇ, ਬਾਕੀ ਬੇਮਾਦਸਤ ਪੇਚੀ ਦੇ ਮਾਰ। ਤੇ ਇਸ ਫਨੀਅਰ ਨਾਗ ਨੇ ਅਜੇ ਕਈ ਸਪੋਲੇ ਪੈਦਾ ਕਰਨੇ ਨੇ, ਜਿਹੜੇ ਆਪਣੇ ਕੁੰਡਲਾਂ ਦੇ ਵਿੱਚ ਔਰੰਗਜ਼ੇਬ ਤੇਰੇ ਮੁਗਲੀਆ ਸਲਤਨਤ ਦੇ ਤਖ਼ਤ ਨੂੰ ਚਕਣਾ ਚੂਰ ਕਰਕੇ ਭੰਨ ਕੇ ਸੁੱਟ ਦੇਣਗੇ। ਉਹ ਤੇ ਜਿਉਂਦੇ ਨੇ ਅਜੇ, ਸਾਨੂੰ ਕੀ ਕਹਿੰਦੇ ਹੋ ਵੀ ਬਦਲਾ ਲੈਣ ਵਾਲਾ ਕੋਈ ਰਿਹਾ ਨਹੀਂ, ਅਜੇ ਭਾਂਬੜ ਤੇ ਬਲਦਾ ਪਿਆ ਹੈ, ਖਾਲਸਾ ਹੈ ਮੇਰਾ ਅਜੇ। ਕਹਿੰਦੇ ਮਹਾਰਾਜ ਕਹਿੰਦੇ ਉਹ ਉਦੋਂ ਕਿੱਥੇ ਸੀ ਜਦੋਂ ਸਾਡੇ ਦਾਦਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੱਤੀ ਤਵੀ ਬੈਠੇ ਸੀ, ਗੁਰੂ ਹਰਗੋਬਿੰਦ ਸਾਹਿਬ ਦੇ ਪਿਤਾ ਕਲਗੀਧਰ ਪਾਤਸ਼ਾਹ ਦੇ ਪੜਦਾਦਾ ਹੋ ਗਏ, ਕਲਗੀਧਰ ਪਾਤਸ਼ਾਹ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਹੋ ਗਏ। ਉਹ ਜਦੋਂ ਸਾਡੇ ਦਾਦੇ ਪੜਦਾਦਿਆਂ ਤੇ ਸਮਾਂ ਬਣਿਆ, ਜਦੋਂ ਸਾਡੇ ਪੜਦਾਦਾ ਜੀ ਤੱਤੀ ਤਵੀ ਤੇ ਬੈਠੇ, ਉਦੋਂ ਤੁਹਾਡੀ ਗੱਲ ਨਹੀਂ ਸੀ ਦਿੱਲੀ ਨਾਲ, ਤੁਹਾਡੇ ਵਰਗੇ ਉਦੋਂ ਵੀ ਕਈ ਫਿਰਦੇ ਸੀ, ਸੁਲਾ ਕਰਾ ਦਈਏ, ਝੁੱਕ ਜਾਓ, ਪਰ ਸਿੱਖ ਝੁੱਕਦਾ ਨਹੀਂ ਹੈ। ਤੇ ਸਿੱਖ ਨਹੀਂ ਝੁਕਦਾ ਤੇ ਸਿੱਖਾਂ ਦਾ ਰਹਿਬਰ ਖੁਦ ਖੁਦਾ ਰੱਬ ਕਿੱਥੇ ਝੁਕੇਗਾ? ਸਾਡੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਨਾਲ ਇੰਨੀਆਂ ਜੰਗਾਂ ਆਈਆਂ, ਉਦੋਂ ਸੁਲਾ ਨਾ ਕਰਾ ਦਿੱਤੀ। ਸਾਡੇ ਪਿਤਾ ਚਾਂਦਨੀ ਚੌਂਕ ਵਿੱਚ ਸ਼ਹੀਦ ਹੋ ਗਏ, ਧੜ ਨਾਲੋਂ ਸੀਸ ਜੁਦਾ ਹੋ ਗਿਆ, ਉਹ ਸੁਲਾ ਕਰਾਉਣ ਵਾਲੇ ਉਦੋਂ ਕਿੱਥੇ ਸੀ ਤੁਸੀਂ? ਦੁਨੀਆਂ ਤੇ ਇੰਨਾ ਹਨੇਰ ਛਾ ਗਿਆ ਮੁਗਲੀਆ ਸਲਤਨਤ ਦੇ ਸਮੇਂ, ਮੇਰੇ ਛੋਟੇ ਛੋਟੇ ਲਾਲ ਕਲਗੀਧਰ ਕਹਿੰਦੇ ਨੇ ਨੀਆਂ ਵਿੱਚ ਚਿਣ ਦਿੱਤੇ ਗਏ, 10 ਲੱਖ ਨੰਗੀਆਂ ਤਲਵਾਰਾਂ ਤੇ ਨੱਚਣਾ ਪੈ ਗਿਆ, ਮੇਰੇ 40 ਭੁੱਖੇ ਸਿੰਘ ਲੱਖਾਂ ਦੇ ਸਾਵੇਂ ਟਕਰਾ ਗਏ। ਉਸ ਦਿਨ ਤੁਹਾਨੂੰ ਤਰਸਨਾ ਆਇਆ, ਸੁਲਾ ਕਰਵਾ ਦਈਏ, ਅੱਜ ਸੁਲਾ ਕਰਵਾਉਣ ਆ ਗਏ ਹੋ, ਗੁਰੂ ਨੂੰ ਸਿਖਾਉਣ ਆ ਗਏ ਹੋ,
ਮਹਾਰਾਜ ਕਹਿੰਦੇ ਇਹ ਨਹੀਂ ਹੋਵੇਗਾ, ਇਹ ਨਹੀਂ ਹੋਵੇਗਾ। ਜਾਓ ਸਰਹੰਦ ਦੀਆਂ ਨੀਹਾਂ ਵਿੱਚ ਜਾ ਕੇ ਉਸ ਕੰਧ ਦੇ ਨਾਲ ਕੰਨ ਲਾ ਕੇ ਮੇਰੇ ਮਾਸੂਮ ਬੱਚਿਆਂ ਦੇ ਜਕਾਰੇ ਤੁਹਾਡੇ ਕੰਨੀ ਪੈਣਗੇ, ਉਹ ਸੁਣ ਲਿਓ। ਉਦੋਂ ਕਿੱਥੇ ਸੀ ਤੁਸੀਂ ਸੁਲਾ ਕਰਵਾਉਣ ਵਾਲੇ ਜਦੋਂ ਨਾਬਾਲਗ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਅੱਜ ਕਹਿੰਦੇ ਹੋ ਤੁਹਾਡੀ ਸੁਲਾ ਕਰਵਾ ਦਈਏ, ਸਿੱਖ ਬਣ ਕੇ ਆਏ ਹੋ ਤੇ ਰਵੋ, ਸਿਖਾਉਣ ਆਏ ਹੋ ਤੇ ਗੁਰੂ ਨੂੰ ਸਿਖਾਉਣ ਵਾਲਾ ਕੋਈ ਪੈਦਾ ਨਹੀਂ ਹੋਇਆ। ਅੱਛਾ ਮਹਾਰਾਜ, ਫਿਰ ਤੁਸੀਂ ਇਹ ਜੰਗਜੂ ਕਿਰਿਆ ਨਹੀਂ ਛੱਡਣੀ? ਮਹਾਰਾਜ ਕਹਿੰਦੇ ਨਹੀਂ, ਜ਼ੁਲਮ ਦਾ ਬੂਟਾ ਜਿੰਨਾ ਚਿਰ ਨਹੀਂ ਪੁੱਟ ਦਿੰਦਾ ਖਾਲਸਾ ਤੇ ਇੱਦਾਂ ਹੀ ਕੱਜੇਗਾ। ਭਾਗ ਸਿੰਘ ਚੌਧਰੀ ਚਬਾਲੀਆ ਕਹਿੰਦਾ ਫਿਰ ਤੁਹਾਡਾ ਰਸਤਾ ਹੋਰ ਤੇ ਸਾਡਾ ਹੋਰ। ਤੇ ਪਾਤਸ਼ਾਹ ਕਹਿੰਦੇ ਤੁਹਾਨੂੰ ਨੰਦਾਂ ਦੀ ਪੁਰੀ ਚੋਂ ਵਿਦਾਵਾ ਦੇ ਕੇ ਆਉਂਦਿਆਂ ਨੂੰ ਕਿੰਨੇ ਡੱਕਿਆ ਸੀ, ਜੋ ਅੱਜ ਮੈਂ ਤੁਹਾਨੂੰ ਡੱਕਾਂਗਾ। ਤੁਹਾਨੂੰ ਦੱਸ ਦਵਾਂ ਨਾ ਕਲਗੀਧਰ ਤੁਹਾਡੇ ਤੋਂ ਬਿਨਾਂ ਨੰਦਾਂ ਦੀ ਪੁਰੀ ਵਿੱਚ ਹੀ ਹਾਰਿਆ ਹੈ, ਨਾ ਤੁਹਾਡੇ ਤੋਂ ਬਿਨਾਂ 10 ਲੱਖ ਦੇ ਘੇਰੇ ਕੋਲੋਂ ਹੀ ਹਾਰ ਇਸਨੇ ਖਾਧੀ ਹੈ, ਤੇ ਨਾ ਅਗਾਂਹ ਹੀ ਇਸ ਨੂੰ ਹਰਾਉਣ ਵਾਲਾ ਕੋਈ ਦੁਨੀਆਂ ਤੇ ਪੈਦਾ ਹੋਇਆ ਹੈ। ਤੁਹਾਡੀ ਮਰਜ਼ੀ ਹੈ, ਰਹਿਣਾ ਰਹੋ, ਨਹੀਂ ਤੇ ਬੂਹੇ ਖੁੱਲੇ ਨੇ, ਨਾ ਤੁਹਾਨੂੰ ਸੱਦਿਆ ਹੈ ਤੇ ਨਾ ਤੁਹਾਨੂੰ ਜਾਣ ਲਈ ਕਹਿੰਦੇ ਹਾਂ, ਤੁਹਾਡੇ ਖੁਸ਼ੇ ਨੇ, ਰਹਿਣਾ ਤੇ ਰਹੋ, ਨਹੀਂ ਤੇ ਘਰਾਂ ਨੂੰ ਜਾਓ। ਫਿਰ ਸਮਝ ਲਿਓ ਗੁਰੂ ਨੂੰ ਤੁਹਾਡੀ ਲੋੜ ਨਹੀਂ ਹੈ, ਤੁਹਾਨੂੰ ਗੁਰੂ ਦੀ ਲੋੜ ਹੈ। ਗੁਰੂ ਨੂੰ ਸਾਡੇ ਸਹਾਰੇ ਦੀ ਲੋੜ ਨਹੀਂ ਹੈ, ਸਾਨੂੰ ਗੁਰੂ ਦੇ ਸਹਾਰੇ ਦੀ ਲੋੜ ਹੈ। ਮੰਗਿਆ ਕਰੋ ਸਹਾਰਾ, ਕਿਉਂਕਿ ਜਿਨ੍ਹਾਂ ਨੂੰ ਸਹਾਰਾ ਦੇ ਦਿੰਦਾ ਹੈ ਉਹ ਕਦੇ ਡੋਲਦੇ ਨਹੀਂ, ਦੁੱਖਾਂ ਵਿੱਚ ਡਿੱਗਦੇ ਨਹੀਂ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ, ਉਹਦਾ ਸੁਭਾਅ ਐਸਾ ਹੈ, ਉਹ ਇੱਦਾਂ ਦਾ ਥੰਮ ਹੈ ਜਿਹੜਾ ਆਪ ਨਹੀਂ ਡੋਲਦਾ, ਤੇ ਜਿਹਨੂੰ ਆਸਰਾ ਦੇ ਦੇਵੇ ਉਹ ਵੀ ਨਹੀਂ ਡੋਲਦੇ। ਤੇ ਜੇ ਆਸਰੇ ਹੀ ਕੱਚੇ ਹੋਣ, ਲੈਂਟਰ ਨੂੰ ਥੰਮ ਹੀ ਕੱਚੇ ਹੋਣ, ਤੇ ਅੱਜ ਵੀ ਡਿੱਗਿਆ ਤੇ ਛੱਤ ਕੱਲ੍ਹ ਵੀ ਡਿੱਗੀ। ਹੁਣ ਮੁਸ਼ਕਲ ਇਹ ਬਣ ਗਈ ਵੀ ਆਏ ਤੇ ਵਿਦਾਵਾ ਪੜਵਾਉਣ ਨੇ, ਤੇ ਦੋਹਰਾ ਕੰਮ ਹੋ ਗਿਆ। ਫਿਰ ਨਾਰਾਜ਼ ਕਰ ਲਿਆ ਗੁਰੂ ਪਾਤਸ਼ਾਹ ਨੂੰ। ਭਾਈ ਮਾਨ ਸਿੰਘ ਉਂਗਲਾਂ ਤੇ ਦੰਦੀਆਂ ਵੱਢਦਾ ਹੈ ਵੀ ਬਣ ਕੀ ਗਿਆ ਸੀ ਤੇ ਭੁੱਲ ਬਖਸ਼ਾਉਣ ਆਏ ਸੀ, ਤੇ ਇਸ ਭਾਗ ਸਿੰਘ ਚੌਧਰੀ ਨੇ ਸਾਰੀ ਖੇਡ ਵਿਗਾੜ ਦਿੱਤੀ ਹੈ। ਮਾਂ ਭਾਗੋ ਨੇ ਵੀ ਬੜਾ ਰੋਸ ਕੀਤਾ ਹੈ। ਹੁਣ ਫਿਰ ਇੱਥੋਂ ਕਲਗੀਧਰ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਰਾਮੇ ਵਾਲੇ ਤੋਂ ਗਾਂ ਖਿਦਰਾਣੇ ਦੀ ਢਾਬ ਵੱਲ ਨੂੰ ਚੱਲ ਪਏ ਨੇ। ਉਧਰੋਂ ਵਜ਼ੀਰ ਖਾਂ ਦੀਆਂ ਫੌਜਾਂ ਪਿੱਛਾ ਕਰਦੀਆਂ ਕਰਦੀਆਂ ਖਿਦਰਾਣੇ ਦੀ ਢਾਬ ਤੇ ਪਹੁੰਚ ਗਈਆਂ ਨੇ। ਮਾਤਾ ਭਾਗੋ ਨੇ, ਭਾਈ ਮਾਨ ਸਿੰਘ ਨੇ ਫਿਰ ਲਕੀਰ ਖਿੱਚ ਦਿੱਤੀ ਹੈ ਵੀ ਜਿਹਨੇ ਵਿਦਾਵਾ ਪੜਵਾਉਣਾ ਹੈ ਉਹ ਲਕੀਰ ਟੱਪ ਜਾਓ, ਤੇ ਜਿਹਨੇ ਨਿਗੁਰੇ ਮਰਨਾ ਹੈ, ਜਿਹਨੇ ਲੋਕ ਪਰਲੋਕ ਗਵਾਉਣਾ ਹੈ ਉਹ ਵਾਪਸ ਚਲੇ ਜਾਓ। ਉਦੋਂ 40 ਜਣੇ ਲਕੀਰ ਲੰਘੇ ਨੇ ਫਿਰ, ਤੇ ਉਹਨਾਂ ਪੁੱਛਿਆ ਸੀ ਭਾਈ ਮਾਨ ਸਿੰਘਾ ਤੈਨੂੰ ਭਰੋਸਾ ਹੈ ਵੀ ਗੁਰੂ ਸਾਨੂੰ ਬਖਸ਼ ਦੇਵੇਗਾ? ਤੇ ਭਾਈ ਮਾਨ ਸਿੰਘ ਕਹਿੰਦਾ ਗੁਰੂ ਸਾਡੇ ਦਾ ਬਿਰਧ ਹੀ ਐਸਾ ਹੈ, ਮੈਂ ਪੜ੍ਹ ਦਵਾਂ ਜੋ ਸਰਣੇ ਆਵੈ ਤੇ ਸਕੰਠ ਲਾਵੈ, ਮੈਂ ਪੜ੍ਹ ਦਵਾਂ। ਕਹਿੰਦਾ ਗੁਰੂ ਸਾਡੇ ਦਾ ਬਿਰਧ ਹੀ ਐਸਾ ਹੈ, ਕੋਈ ਦੀਵਾ ਵੇਖਿਆ ਜਿਹੜਾ ਪਤੰਗੇ ਨੂੰ ਗੋਦ ਵਿੱਚ ਨਾ ਲਵੇ? ਕੋਈ ਲਾਟ ਵੇਖੀ ਜਿਹੜੀ ਪਤੰਗੇ ਨੂੰ ਅੰਗੋਸ਼ ਵਿੱਚ ਨਾ ਲਵੇ? ਕੋਈ ਕਮਲ ਦਾ ਫੁੱਲ ਵੇਖਿਆ ਜਿਹੜਾ ਭੌਰੇ ਨੂੰ ਆਪਣੀਆਂ ਪੰਖੜੀਆਂ ਵਿੱਚ ਨਾ ਸਮੇਟ ਲਵੇ? ਆਓ ਚੱਲੀਏ, ਜਿਹੜਾ ਜੰਗ ਦੇ ਮੈਦਾਨ ਅੰਦਰ ਜੂਝੇਗਾ ਸ਼ਹੀਦ ਕੀ ਤੇ ਸੰਤ ਕੀ
ਧਰਮ ਲਈ ਜੂਝਣ ਵਾਲਾ ਕੀ ਤੇ ਨਾਮ ਜਪਣ ਵਾਲਾ ਕੀ, ਇਹਨਾਂ ਲਈ ਕਲਗੀ ਧਰ ਦੀ ਗੋਦ ਖਾਲੀ ਹੈ, ਮਿਲੀ ਜਾਂਦੀ ਹੈ। ਪਰ ਇੱਕ ਗੱਲ ਹੁਣ ਧਾਰ ਲਿਓ ਵੀ ਇਹ ਜਿਹੜੀ ਵਜ਼ੀਰ ਖਾਂ ਦੀ ਫੌਜ ਹੈ ਸ਼ਹੀਦੀ, ਭਾਵੇਂ ਸਾਨੂੰ ਪਾਉਣੀ ਪੈ ਜਾਵੇ ਪਰ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲ ਨਹੀਂ ਵਧਣ ਦੇ ਰਹੇ। ਮਹਾਰਾਜ ਉੱਚੀ ਢਾਬ ਤੇ ਬੈਠੇ ਨਜ਼ਾਰਾ ਵੇਖ ਰਹੇ ਨੇ। ਇੱਧਰ ਇਹ 40 ਗੁਰੂ ਦੇ ਪਿਆਰੇ ਮੈਦਾਨੇ ਜੰਗ ਵਿੱਚ ਜੂਝ ਰਹੇ ਨੇ। ਕਹਿੰਦਾ ਅੱਜ ਧਾਰ ਲਓ ਇਹ ਗੋਦ ਉਹਨੂੰ ਮਿਲਦੀ ਹੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੜਿਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਇਹ ਗੋਦ ਉਹਨਾਂ ਨੂੰ ਮਿਲਦੀ ਹੈ। ਖਿਦਰਾਣਾ ਕੀ ਹੈ? ਖਿਦਰ ਕਹਿੰਦੇ ਨੇ ਤਪਸਵੀ, ਜਿੱਥੇ ਕਿਸੇ ਨੇ ਤਪੱਸਿਆ ਕੀਤੀ ਹੋਵੇ। ਢਾਬ ਨਿਵਾਸ ਆਸਣ, ਜਿੱਥੇ ਨਿਵਾਸ ਕਰਦਾ ਹੈ ਕੋਈ ਤਪਸਵੀ। ਖਿਦਰਾਣੇ ਦੀ ਢਾਬ ਪਾਈ, ਖਿਦਰਾਣੇ ਦੀ ਜਗ੍ਹਾ ਸੀ, ਰੱਬ ਦੇ ਗੁਣ ਗਾਉਣ ਵਾਲਾ ਬੰਦਾ ਸੀ, ਇਸ ਜਗ੍ਹਾ ਤੇ ਬਹਿੰਦਾ ਹੁੰਦਾ ਸੀ। ਢਾਬ ਕੀ ਹੈ? ਆਬ ਦੂਸਰਾ ਅਰਥ ਹੈ, ਜਿੱਥੇ ਪਿੰਡ ਦਾ ਵਾਧੂ ਪਾਣੀ ਇਕੱਠਾ ਹੋ ਜਾਵੇ ਉਹਨੂੰ ਢਾਬ ਵੀ ਕਹਿ ਦਿੰਦੇ। ਦੇਖਿਓ ਖਿਦਰਾਣੇ ਦੀ ਢਾਬ ਤੇ ਭਿਅੰਕਰ ਜੰਗ ਹੋਇਆ ਹੈ। ਕਲਗੀਧਰ ਟਿੱਬੀ ਤੋਂ ਬੈਠੇ ਤੀਰ ਛੱਡਦੇ ਨੇ, ਜਿੱਥੇ ਇੱਕ ਮੁਗਲਾਂ ਦਾ ਜ਼ੋਰ ਵਧਣ ਲੱਗਦਾ ਤੀਰ ਛੱਡ ਕੇ ਸਫਾਇਆ ਕਰ ਦਿੰਦੇ ਨੇ। ਹੁਣ 40 ਨੇ ਘਮਸਾਨ ਦਾ ਯੁੱਧ ਲੜਿਆ ਹੈ ਤੇ ਇਉਂ ਲੜ ਰਹੇ ਨੇ ਜਿਵੇਂ ਤਰਲਾ ਲੈਂਦੇ ਹੋਣ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹੋ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹੋ ਰਾਮ, ਚਾਰ ਕੁੰਟ ਦਹ ਦਿਸ ਭਰਮੇ ਥਕ ਆਏ ਪ੍ਰਭ ਕੀ ਸ਼ਾਮ। ਭੜਕ ਲਿਆ ਤਾਨੇ ਮਿਹਣੇ ਲੋਕਾਂ ਦੇ ਸੁਣ ਲਏ ਨੇ, ਹੁਣ ਗੁਜ਼ਾਰਾ ਨਹੀਂ ਹੈ, ਭੌਰੇ ਦਾ ਕਮਲ ਤੋਂ ਬਿਨਾਂ ਤੇਰੀ ਗੋਦ ਮੱਲਣ ਦੇ ਲਈ ਆਏ ਹਾਂ। ਇਉਂ ਧਾਰਨਾ ਧਾਰ ਕੇ ਜੰਗ ਲੜ ਰਹੇ ਨੇ। ਘਮਸਾਨ ਦਾ ਯੁੱਧ ਹੋਇਆ, ਕੁਝ ਸ਼ਹੀਦ ਹੋ ਗਏ ਤੇ ਕਈਆਂ ਦੇ ਸਰੀਰਾਂ ਤੇ ਫੱਟ ਲੱਗੇ ਨੇ। ਕਲਗੀਧਰ ਪਾਤਸ਼ਾਹ ਨੇ ਵੇਖਿਆ ਹੈ ਮੁਗਲਾਂ ਦਾ ਸਫਾਇਆ ਕਰ ਦਿੱਤਾ ਹੈ, ਰਹਿੰਦੇ ਖੁੰਦੇ ਮੁਗਲ ਪਿਛਾਂ ਹਟ ਗਏ ਨੇ, ਢਾਬ ਤੋਂ ਉਤਰਿਆ ਹੈ ਕੁੱਲ ਕਾਇਨਾਤ ਦਾ ਮਾਲਕ ਗੁਰੂ ਗੋਬਿੰਦ ਸਿੰਘ। ਕੋਈ 5,000, ਕੋਈ 10,000 ਬਖਸ਼ਿਸ਼ਾਂ ਕਰਦਾ ਕਰਦਾ ਭਾਈ ਮਾਨ ਸਿੰਘ ਪਏ ਸਨ, ਫੱਟ ਸਰੀਰ ਤੇ ਲੱਗੇ ਨੇ, ਕੁਝ ਬੇਹੋਸ਼ੀ ਦੀ ਹਾਲਤ ਹੈ। ਗੋਦ ਵਿੱਚ ਲੈ ਕੇ ਮੁਖਾਰ ਬਿੰਦ ਤੋਂ ਜਦੋਂ ਬਚਨ ਕੱਢੇ, ਹਲੂਣਾ ਦਿੱਤਾ ਤੇ ਅੱਖ ਖੁੱਲੀ ਭਾਈ ਮਾਨ ਸਿੰਘ ਦੀ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਮਹਾਂ ਸਿੰਘਾ, ਤੂੰ ਮੇਰਾ ਪਿਆਰਾ ਮਹਾਂ ਸਿੰਘ ਹੈ, ਜਾਣ ਦੀ ਪਰਵਾਹ ਨਾ ਕਰਦਾ ਹੋਇਆ ਮੇਰੇ ਲਈ ਸ਼ਹਾਦਤ ਦੀ ਅਵਧੀ ਮਾਨਣ ਦੇ ਲਈ ਤਤਪਰ ਹੈ। ਜੇ ਤੂੰ ਆਖੇ ਤੇ ਕੌਣ ਨਹੀਂ ਚਾਹੁੰਦਾ ਦੁਨੀਆਂ ਤੇ ਲੰਬੇਰੀ ਉਮਰ ਹੋਵੇ, ਤੈਨੂੰ ਸਵਾਸਾਂ ਦੀ ਪੂੰਜੀ ਬਖਸ਼ ਦੇਵਾਂ। ਤੂੰ ਆਖੇ ਤੇ ਤੈਨੂੰ ਉਹ ਬੇਸ਼ ਕੀਮਤੀ ਸਵਾਹਾਂ ਦੀ ਮਾਲਾ ਬਖਸ਼ ਦੇਵਾਂ। ਇੱਕ ਇੱਕ ਸਾਹ ਜਿਹੜਾ ਕਰੋੜਾਂ ਖਰਚਿਆਂ ਨਹੀਂ ਮਿਲਦਾ ਉਹਦੀ ਲੰਮੀ ਡੋਰੀ ਬਖਸ਼ ਦੇਵਾਂ। ਤੇ ਮਹਾਂ ਸਿੰਘ ਕਹਿੰਦਾ ਜੀ ਨਹੀਂ, ਵੇਖੋ ਸਿੱਖ ਵੀ ਕੈਸੇ ਹੋਏ, ਅਸੀਂ ਕਹਿਣਾ ਸੀ ਛੱਡੋ ਪਰਾਂ ਮੁਕਤੀ ਨੂੰ, 5-7 ਸਾਲ ਉਮਰ ਵੱਧ ਜਾਵੇ ਕੀ ਲੈਣਾ, ਮੁਕਤੀਆਂ ਮਗਤੀਆਂ ਤੋਂ ਕੀ ਲੈਣਾ ਹੈ, 100-200 ਵਰਾ ਉਮਰ ਵੱਧ ਜਾਵੇ ਕੀ ਲੈਣਾ, ਮਰਨਾ ਕੌਣ ਚਾਹੁੰਦਾ ਹੈ। ਕਹਿੰਦੇ ਜੇ ਤੂੰ ਆਖੇ ਤੇ ਤਖਤੋ ਤਾਜ ਦੌਲਤਾਂ ਸ਼ੋਹਰਤਾਂ ਨਾਲ ਝੋਲੀਆਂ ਭਰ ਦੇਵਾਂ,
ਮਿੱਟੀ ਹੈ ਕਹਿੰਦਾ ਮਹਾਰਾਜ ਬਿਨ ਸਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਬਣੀਆ। ਇਹ ਕਿੰਨਾ ਕੁ ਚਿਰ ਰਵੇਗਾ, ਅਖੀਰ ਤੇ ਇਹ ਦਿਨ ਆਉਣਾ ਹੀ ਹੈ। ਅੱਜ ਇਸ ਗੱਲ ਦਾ ਮਾਣ ਹੈ, ਹਰ ਇੱਕ ਨੂੰ ਮੌਤ ਨੇ ਢਾਉਣਾ ਹੈ। ਕੋਈ ਮੰਜੇ ਤੇ ਢਹਿ ਗਿਆ, ਕੋਈ ਰੋਗ ਨਾਲ ਢਹਿ ਗਿਆ, ਪਰ ਜਿਹੜੀ ਮੌਤ ਅੱਜ ਮੈਨੂੰ ਆਉਣ ਲੱਗੀ ਹੈ, ਤੇਰੀ ਗੋਦ ਵਿੱਚ ਢਹਿ ਜਾਣਾ, ਇਹਦੇ ਨਾਲੋਂ ਵੱਧ ਕੇ ਪਵਿੱਤਰ ਮੌਤ ਦੁਨੀਆਂ ਤੇ ਦੂਜੀ ਕੋਈ ਨਹੀਂ ਹੈ। ਮਹਾਂ ਸਿੰਘਾ ਕੀ ਚਾਹੁੰਦਾ ਹੈ? ਦੇਖੋ ਮੰਗ ਕੀ ਰੱਖੀ ਉਸ ਮਹਾਂਪੁਰਸ਼ ਨੇ। ਮਹਾਂ ਸਿੰਘ ਕਰ ਜੋਰ ਉਚਾਰੇ, ਪਾਤ ਸਾਹ ਸੁਤ ਸੇਵਕ ਸਾਰੇ। 5 ਮਿੰਟ ਦੇ ਵਿੱਚ ਆਪਾਂ ਇਹ ਸਮਾਪਤੀ ਕਰੀਏ। ਲੰਬੇਰੇ ਸਮੇਂ ਤੋਂ ਆਪ ਸੰਗਤਾਂ ਬੈਠੇ ਹੋ। ਮਹਾਂ ਸਿੰਘ ਕਰ ਜੋਰ ਉਚਾਰੇ, ਪਾਤ ਸਾਹ ਸੁਤ ਸੇਵਕ ਸਾਰੇ। ਪਾਤ ਸਾਹ ਸੁਤ ਸੇਵਕ ਸਾਰੇ ਭੂਲੇ, ਬਹੁ ਅਪਰਾਧ ਕਮਾਵੇ, ਤਉ ਪਿਤਾ ਮਨ ਕੋਪ ਨਾ ਲਿਆਵੇ। ਇਹ ਤੇਰੇ ਸਿੱਖ ਤੇਰੇ ਪੁੱਤਰਾਂ ਵਰਗੇ ਨੇ, ਤੇ ਪੁੱਤ ਕਪੁੱਤ ਵੀ ਹੋ ਜਾਣ ਤੇ ਮਾਪੇ ਗੱਲ ਨਾਲ ਲਾਉਂਦੇ ਨੇ, ਠੀਕ ਹੈ ਸਾਥੋਂ ਗਲਤੀ ਹੋਈ, ਬਾਪੂ ਸਾਨੂੰ ਬਖਸ਼ ਲੈ, ਤੂੰ ਗੱਲ ਦੇ ਨਾਲ ਲਾ ਲੈ, ਜੇ ਵਾਰੀ ਦੇਣਾ ਹੀ ਨਾ, ਸ਼ਾਹਾਂ ਦੀ ਮੈਨੂੰ ਲੋੜ ਨਹੀਂ ਰਹੀ, ਜਿੰਨੇ ਰਹਿ ਗਏ ਤੇਰੀ ਗੋਦ ਵਿੱਚ ਨੇ ਇਹ ਸਫਲੇ ਹੀ ਨੇ। ਤਖਤ ਦੀ ਲੋੜ ਨਹੀਂ ਹੈ, ਤਾਜ ਦੀ ਲੋੜ ਨਹੀਂ ਹੈ, ਹੀਰੇ ਜਵਾਹਰਾਤਾਂ ਦੀ ਲੋੜ ਨਹੀਂ ਹੈ। ਕਹਿੰਦੇ ਭਾਈ ਦਇਆ ਸਿੰਘਾ, ਸਿੱਧਾ ਗੱਲ ਕਰ, ਸਿੱਧਾ ਬਚਨ ਕਰ, ਵੜ ਨਾ ਪਾ ਕੀ ਚਾਹੁੰਦਾ ਹੈ। ਕਹਿੰਦਾ ਜੀ ਟੁੱਟੀ ਗੰਢ ਲਵੋ, ਮੇਰਾ ਬਿਦਾਵਾ ਪਾੜ ਦਿਓ। ਆ 40 ਤੁਹਾਡੇ ਸਾਹਮਣੇ ਸ਼ਹਾਦਤ ਦੀ ਅਵਧੀ ਮਾਨਣ ਵਾਲੇ ਪਏ ਨੇ, ਬਿਦਾਵਾ ਉਡਾ ਦਿਓ। ਕਹਿੰਦੇ ਦਇਆ ਸਿੰਘਾ ਤੈਨੂੰ ਪਤਾ ਹੈ, ਦੇਖ ਮੇਰੀ ਹੱਸਦੀ ਵੱਸਦੀ ਆਨੰਦਾਂ ਦੀ ਪੁਰੀ ਮੇਥੋਂ ਦੂਰ ਹੋ ਗਈ, ਮੈਂ ਗਵਾ ਆਇਆ, ਮੇਥੋਂ ਦੂਰ ਹੈ, ਉੱਜੜ ਗਿਆ ਆਨੰਦਾਂ ਦਾ ਉਹ ਸਥਾਨ, ਆਨੰਦਪੁਰ ਮੈਂ ਗਵਾ ਆਇਆ, ਮਖਮਲੀ ਸੇਜਾਂ ਮੈਂ ਗਵਾ ਆਇਆ, ਸਰਸਾ ਦੇ ਕੰਢੇ 'ਤੇ ਮਾਂ ਗੁਜਰੀ ਮੈਂ ਗਵਾ ਆਇਆ, ਜਾਨ ਨਾਲੋਂ ਪਿਆਰੇ ਸਿੰਘ ਮੈਂ ਗਵਾ ਆਇਆ, ਬੜੇ ਬੜੇ ਕਵੀਆਂ ਮੇਰੇ 52 ਕਵੀਆਂ ਦੀਆਂ ਮਹਾਨ ਰਚਨਾਵਾਂ ਅਤੇ ਆਪਣਾ ਇੱਕ ਮਹਾਨ ਗ੍ਰੰਥ ਵਿੱਦਿਆ ਸਾਗਰ 9 ਮਨ ਦਾ ਗ੍ਰੰਥ ਮੈਂ ਗਵਾ ਆਇਆ। ਕੇਵਲ ਇਹੀ 10ਵਾਂ ਗ੍ਰੰਥ ਹੀ ਇੰਨੀ ਬਾਣੀ ਰਹਿ ਗਈ, 9 ਮਨ ਦਾ ਵਿੱਦਿਆ ਸਾਗਰ ਰੁੜ ਗਿਆ ਸੀ। ਆਨੰਦਾਂ ਦੀ ਪੁਰੀ ਮਖਮਲੀ ਸੇਜਾਂ ਮਾਂ ਗੁਜਰੀ ਗਵਾ ਆਇਆ, ਮੈਂ 2 ਲਾਲ ਚਮਕੌਰ ਦੀ ਗੜੀ ਵਿੱਚ ਗਵਾ ਆਇਆ, 2 ਲਾਲ ਸਰਹੰਦ ਦੀਆਂ ਨੀਆਂ ਵਿੱਚ ਲੋਪ ਹੋ ਗਏ ਗਵਾ ਆਇਆ, ਮੈਂ ਠੰਡੇ ਬੁਰਜ ਵਿੱਚ ਮੇਰੀ ਮਾਂ ਗੁਜਰੀ ਗਵਾਚ ਗਈ। ਪਰ ਦਇਆ ਸਿੰਘਾ ਤੇਰੇ ਨਾਲ ਪ੍ਰੇਮ ਐਸਾ ਸੀ, ਸਭ ਕੁਝ ਗਵਾਉਣ ਦੇ ਬਾਵਜੂਦ ਤੇਰਾ ਵਿਦਾਵਾ ਨਹੀਂ ਗਵਾਚਣ ਦਿੱਤਾ, ਅੱਜ ਵੀ ਕਮਰ ਕੱਸੇ ਵਿੱਚ ਸਾਂਭ ਕੇ ਰੱਖਿਆ ਹੈ। ਹੋਰ ਤੁਹਾਨੂੰ ਪ੍ਰੇਮ ਇੰਨਾ ਕਿੱਥੋਂ ਮਿਲੇਗਾ? ਪਰਿਵਾਰ ਵਾਰ ਨਾਲਾ ਸਿੰਘਾਂ ਦੇ ਵਿਦਾਵੇ ਇੱਕ ਉਹ ਪਰਚੀ ਜੀ ਸਾਂਭੀ ਬੈਠਾ ਹੈ, ਕੱਢ ਕੇ ਵਿਦਾਵਾ ਪਾੜ ਕੇ ਲੀਰੋ ਲੀਰ ਕਰਕੇ ਉਹ ਕਾਗਜ਼ ਦਾ ਟੁਕੜਾ ਸੁੱਟ ਦਿੱਤਾ, ਮੱਥਾ ਚੁੰਮ ਕੇ ਆਖਣ ਲੱਗਾ ਕਲਗੀਧਰ ਪਾਤਸ਼ਾਹ ਆਓ ਤੁਹਾਨੂੰ ਸਾਰੇ ਭੌਰਿਆਂ ਨੂੰ ਇਹ ਕਮਲ ਦਾ ਫੁੱਲ ਆਪਣੀ ਬਗਲ ਵਿੱਚ ਲੈ ਲਵੇ। 40 ਨੂੰ ਕਹਿਣ ਲੱਗਾ ਅੱਜ ਤੋਂ 40 ਹੀ ਵਿਦੇ ਮੁਕਤ ਹੋ, ਤੁਸੀਂ ਮੁਕਤੀ ਬਖਸ਼ ਦਿੱਤੀ। 84 ਦਾ ਗੇੜ ਕੱਟ ਦਿੱਤਾ,
ਤੇ ਜੇ ਬੇਦਾਵਾ ਨਾ ਪਾਟਿਆ ਹੁੰਦਾ ਤੇ ਹੋ ਸਕਦਾ ਸੀ 84 ਦੇ ਸੰਗਲ ਨਾ ਲੈਂਦੇ ਤੇ ਅੱਜ ਤੱਕ ਅਕ੍ਰਿਤ ਕਣਤਾ ਦਾ ਦਾਗ ਉਹਨਾਂ ਦੇ ਮੱਥੇ ਤੇ ਲੱਗਾ ਰਹਿੰਦਾ। ਉਹ ਮੋੜਾ ਏ ਸਿੱਖ ਕੌਣ ਹੈ? ਮੁੜਿਆ ਕਿਹਨੂੰ ਕਹਿੰਦੇ ਹੋ? ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਤੇ ਅਸੀਂ ਭਾਣਾ ਮੰਨਦੇ ਹਾਂ। ਉਹਨਾਂ ਨੂੰ ਤੇ ਬੜੀਆਂ ਏਕਾਂ ਲਾਲਾ ਕਹਿੰਦੇ ਬੇਦਾਵੀਏ ਸੀ, ਭਾਣਾ ਕੀ ਹੈ ਹੁਕਮ? ਗੁਰੂ ਕੀ ਕਹਿੰਦਾ ਖੰਡੇ ਦੀ ਪੌੜ ਛਕੋ, ਕਿੰਨਿਆਂ ਛਕੀ ਹੈ? ਗੁਰੂ ਕੀ ਕਹਿੰਦਾ ਪੰਜ ਬਾਣੀਆਂ ਪੜ੍ਹੋ, ਕਿੰਨੇ ਕੁ ਪੜ੍ਹਦੇ ਹੋ? ਗੁਰੂ ਕੀ ਕਹਿੰਦਾ ਈਰਖਾ ਦੁਹੈ ਛੱਡੋ, ਕਿੰਨਿਆਂ ਕਿੰਨੇ ਛੱਡੀ ਹੈ? ਹੋਏ ਉਹ ਤੇ 40 ਸਨ, ਅਸੀਂ ਤੇ ਲੱਖਾਂ ਹੋਏ ਬੈਠੇ ਹਾਂ। ਰੱਬ ਦਾ ਵਾਸਤਾ ਜੇ ਮੋੜਾਓ, ਮੋੜਾਓ ਉਹਦੇ ਚਰਨਾਂ ਵਰਗੇ ਚਰਨ ਹੋਰ ਕਿਧਰੇ ਨਹੀਂ ਲੱਭਣਗੇ ਤੁਹਾਨੂੰ। ਖੰਡੇ ਦੀ ਪੌੜ ਛਕੋ, ਗੁਰੂ ਵਾਲੇ ਬਣੋ। ਤੇ ਜਿਹੜੇ ਬੱਚੇ ਕੇਸ ਕਟਵਾਉਂਦੇ ਨੇ ਪ੍ਰੇਮ ਦੇ ਨਾਲ, ਵੇਖੋ ਸਿੱਖੀ ਦਾ ਫਲਸਫਾ ਪ੍ਰੇਮ, ਪ੍ਰੇਮ ਦੇ ਨਾਲ ਉਹਨਾਂ ਨੂੰ ਪ੍ਰੇਰ ਕੇ ਗੁਰ ਇਤਿਹਾਸ ਸਾਖੀਆਂ ਸੁਣਾਓ, ਉਹਨਾਂ ਨੂੰ ਸਮਝ ਲੱਗੇ ਵੀ ਇਹਨਾਂ ਕੇਸਾਂ ਦੇ ਲਈ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ, ਇਹਨਾਂ ਕੇਸਾਂ ਦੇ ਲਈ ਧਰਮ ਦੇ ਲਈ ਲੱਖਾਂ ਕੁਰਬਾਨੀਆਂ ਨੇ, ਇਹ ਕਤਲ ਨਹੀਂ ਕਰਵਾਉਣੇ। ਤੇ ਜਿਹੜਾ ਗੁਰੂ ਦੇ ਹੁਕਮ ਵਿੱਚ ਆ ਗਿਆ, ਸਮਝੋ ਉਹਨੇ ਬਦਾਵੇ ਪਾੜ ਦਿੱਤੇ, ਉਹਨੂੰ ਗੁਰੂ ਦੀ ਗੋਦ ਵਿੱਚ ਜਗ੍ਹਾ ਮਿਲ ਗਈ। ਤੇ ਜਿਹਨੂੰ ਜਗ੍ਹਾ ਮਿਲੀ ਅਮਰ ਹੋਈ ਹੀ ਹੋਇਆ। 40 ਮੁਕਤੇ ਅਮਰ ਨੇ, ਭਾਈ ਮਾਨ ਸਿੰਘ ਵਰਗਿਆਂ ਦਾ ਨਾਂ ਧਰੂ ਤਾਰੇ ਨਾਲੋਂ ਵੱਧ ਚਮਕਦਾ ਹੈ। ਤੇ ਜਿਹੜੇ ਬਿਦਾਵਾ ਦੇ ਕੇ ਗਏ ਉਹ ਸੈਂਕੜਿਆਂ ਵਿੱਚੋਂ 40 ਤੇ ਚਮਕ ਰਹੇ ਨੇ, ਜਿਹੜੇ ਨਾ ਮੁੜੇ ਉਹਨਾਂ ਦਾ ਨਾਂ ਤੱਕ ਦੁਨੀਆਂ ਤੇ ਕੋਈ ਨਹੀਂ ਲੈਂਦਾ।